उंगलां कौन लाउंदा बंदा यार, कमाल वाली गल है, समझ ही नहीं आउंदी हैगी। उंगलां न्याणा हो ओ हरजीत नहीं है गया तो छोटा फिरदा खेत दा काम मैं करना, तू नहीं करना है। नाले जे तू किसे काम दी हुंदी ना फिर गल्लां कादियां सी, आ तेरा बेड़ा बह गया, नाले इन्हां दा बह गया। जे इन्हां ने चज नाल मैनूं अड करिया हुंदा फिर मैनूं अज इन्हां नाल गल करन दी की लोड़ सी। लै कुड़े मुंडे नूं तोर के तां सुन्ने जे हो गए, बेशर्मे तू ना तोर दी, दस हले मेरे को आ गई मां, हुण किवें करां, हुण मैं दस की कहां तेरे भाई नूं, है भी मैं तोर दी नहीं। ते फिर मैं भी की कहंदी मां, मेरा भाई बाला कही आंदा सी, अखिया अर्श नूं लैके जाणा, नाले मां दा फोन आया सी। आहो मां दा फोन आया सी, ऐ तां फिर कहंदी हुंदे नेगे वी भाई चल कोई नी जवाक हुण ले, तैनूं आप नूं वी पता वी ओह न्याणा कदे रहा नी वास्ता नी हैगा, किवें जी लाऊगा। होर मैनूं वी आई होया पै, इक तां ओहदे बिना मेरा जी नी लगदा, जे नाले रात नूं रोण रूण लग गया फिर दस किवें बंजते चक दूगा उहनां नूं, किवें रात कट्टणगे ओह। फिर ऐ करदे आ, मैं ते हरजीत जाके ले ही आउने ओहनूं। अखे लै आउने आ, हुण तां तेरा भरा हजे घरे पहुंचे हो, मांगरे तुसीं वग जाओ। ऐ दस ना वी मैं ताज लाकी ना तोरे वी मैं वग जाऊं सवेरे, मेरी गल सुन, आपी वग जांदी कल परसों नूं, आ दो दिनां दा खेत कम सीगा। ओहो भैणे चलाकी दी गल नहीं, हुण मैं उहनूं मना नहीं कर सकी, होर कोई गल नहीं हैगी। ओह तां कोई नहीं, पर जवाक है आपां कदे आप तों दूर नहीं कीता, नाले घर सुन्ना होया पिआ ऐ लगदा ना पुत्ते दा कोई कम ही नहीं हैगा करी। पुत्तो ओहो जिद पै गया कि मामे नाल जाना ही जाना है। ओ जवाक तां चल जिद्दां करदी हुंदी है, चीजां करके हो गया वी हां मामा चीजां दवाऊगा, ओहदे लालच च भग गया ना। और उरे तां भुखा रहंदा ओ, चीजां तां कल्ला मामा ही दवाऊ। किवें बैठी हो गल्लां मारी जांदियां। हां माता डर जांदा ही जोंदी रा पुत्तर। ओ ठीक है बैठ जा, पहले कहता ही बैठ जा। बैठी कादा झगड़ा पा रखा तुसी ने, झगड़ा कादा जवाक जा भग गया नानकी है, जोदा मामा लै गया ਉਹ ਕਹੀ ਜਾਂਦੀ ਸੀ ਇਹਨੂੰ, ਮੈਂ ਆਖਿਆ ਕੁੜੇ ਜੀ ਨਹੀਂ ਲੱਗਦਾ ਹੈਗਾ ਜਿਹਨੂੰ ਸੁਣਨੇ ਹੋਏ ਬੈਠੇ। ਵਾਕ ਜਾ ਵਗ ਗਿਆ, ਹੋਰ ਕਿੱਧਰ ਵਗ ਗਿਆ, ਕੌਣ ਲੈ ਗਿਆ ਉਹਨੂੰ? ਉਹ ਮੇਰਾ ਭਰਾ ਆਇਆ ਸੀ ਤਾਈ, ਉਹ ਲੈ ਗਿਆ। ਮੇਰੀ ਗੱਲ ਸੁਣ ਚਰਨੋ, ਤੂੰ ਸਿਆਣੀ ਬਹਿਣੀ ਹੈ, ਕੋਈ ਸੱਟ ਫੇਟ ਵੱਜੇ ਜਵਾਕ ਦੇ ਭਲਾ ਕੌਣ ਜ਼ਿੰਮੇਵਾਰ ਹੈ? ਮੇਰੀ ਗੱਲ ਸੁਣ ਭੈਣੇ, ਐਂ ਕਿਹੜਾ ਕੋਈ ਨਿਆਣੇ ਨੇਗੇ, ਕੋਈ ਦੁਪਹਿਰਾ ਕਰਕੇ ਲਗਾਏ ਨੇਗੇ, ਇੱਕ ਇੱਕ ਉਹਨਾਂ ਦੇ ਭਾਣ ਜਾਏਗਾ, ਚੱਲ ਲੈ ਗਏ ਕੋਈ ਨਾ, ਜੇ ਭਾਈ ਰਿਹਾੜ ਕਰਨ ਲੱਗਿਆ ਰੋਣ ਲੱਗਿਆ ਨਾ ਜੀ ਲਾਇਆ ਤਾਂ ਤੜਕੇ ਦੋਨੇ ਜਾਣੇ ਜਾ ਕੇ ਲਏ ਆਉਣਗੇ। ਕਹਿੰਦੇ ਉਹਨਾਂ ਨੂੰ ਕਿਹੜਾ ਦੁਪਿਆਰਾ ਹੈ, ਉਹ ਕੰਮ ਧੰਦਾ ਕਰਨਗੇ ਕਿ ਜਵਾਕ ਨੂੰ ਸੰਭਾਲਣਗੇ, ਐਡਾ ਕੁ ਜਵਾਕ ਦਾ ਆਪਦੇ ਘਰ ਹੀ ਠੀਕ ਹੁੰਦਾ ਮੈਂ ਤੈਨੂੰ ਦੱਸਾਂ। ਨਾ ਨਾ ਮੇਰੀ ਭਾਬੀਆਂ ਹੈਗੀਆਂ ਨੇ, ਕੋਈ ਨੀ ਤਾਈ ਸਾਂਭ। ਕੋਈ ਨਾ ਵੀਰ, ਤੇਰਾ ਤਾਂ ਸਾਰੀ ਪਰਿਵਾਰ ਹੈ, ਰਿਹਾ ਤਾਂ ਮੇਰਾ ਨਹੀਂ, ਕੋਈ ਗੱਲ ਨਹੀਂ, ਹਾਂ ਵਗ ਗਿਆ ਕੋਈ ਗੱਲ ਨਹੀਂ, ਰਹਿ ਜੂਗਾ। ਤੇ ਰਹੀ ਉਹ ਇਹ ਚ ਕਿੰਨੀ ਕੁ ਗੱਲ ਹੈ ਭੈਣ, ਤੂੰ ਤਾਂ ਜਮੇ ਹੀ ਤਾਂ ਹੀ ਤਾਂ ਚੜੀ ਜਾਂਦੀ ਹੈਗੀ। ਹਾਂ ਤਾਂ ਚੜਨ ਤਾਂ ਮਤਬਲ ਨਹੀਂ ਚੜਨੋ, ਤੈਨੂੰ ਪਤਾ ਹੀ ਹੈ ਮੈਂ ਵੀ ਦੇਖਣ ਦੀ ਮਾਰੀ ਆਉਂਦੀ ਹੁੰਦੀ ਮੇਰੇ ਪੋਤੇ ਨੂੰ ਦੇ ਕੇ ਆਵਾਂ, ਆਉਂਦੇ ਨੂੰ ਤੁਸੀਂ ਕਦੇ ਸੁੱਤਾ ਪਿਆ ਕਦੇ ਗਿਆ ਹੋਇਆ, ਭਾਣੇ ਉਹੀ ਗੱਲ ਹੈ, ਮੇਰੇ ਨਾਲ 12 ਬੀਟੀਆਂ 100 ਪੜਦੀਆਂ, ਤੁਸੀਂ ਆਈ ਲੈ ਦੱਸ ਫਿਰ ਕੀ ਹੋ ਗਿਆ ਜੇ ਅੱਜ ਉਹ ਵਗ ਗਿਆ? ਕੋਈ ਨਾ ਆਜੂ ਸਵੇਰੇ ਜੇ ਨਾ ਜੀ ਲਾਇਆ, ਜੇ ਭਾਈ ਜੀ ਲਾ ਲਿਆ ਤਾਂ 2 ਦਿਨ ਰਹਿ ਜਾਊਗਾ, ਨਾਨਕੇ ਨੂੰ ਦੁਪਹਿਰੇ ਹੁੰਦੇ ਨੇ ਦੋਥੇ ਦੋਤੀਆਂ, ਹੈ ਇਹਦੀ ਮਾਂ ਤਾਕੜੀ ਹੈ ਸਾਂਭਣ ਵਾਲੀ, ਕੋਈ ਨਾ ਫਿਰ ਕੀ ਹੋ ਗਿਆ? ਕੋਈ ਨਾ ਭਾਣੇ, ਸਭ ਦੇ ਸੋਨੀਆਂ ਲੱਗਦੀਆਂ ਨੇ, ਕਦੇ ਨੱਕਰ ਦੇ ਮੱਖੀ ਮੈਂ ਬੈਠਣ ਨਹੀਂ ਦਿੱਤੀ ਤੀ, ਉਹੀ ਗੱਲ ਲੈ ਕੇ ਦਿਨਾਂ ਦੇ ਗੇੜ ਸਾਰਾ ਕੁਝ ਕਰਾ ਦਿੰਦੇ ਨੇ, ਤੂੰ ਜੋ ਮਰਜ਼ੀ ਕਹਿ ਲੈ। ਫਿਰ ਤਾਈ ਹੁਣ ਨਾਨੇ ਮਾਮੇ ਫਿਰ ਮਰਦਾਂ ਵਾਸਤੇ ਬਣੇ ਹੁੰਦੇ ਨੇਗੇ, ਉਹਦਾ ਮਾਮਾ ਆ ਗਿਆ ਲੈ ਗਿਆ, ਜੇ ਜਵਾਕ ਨੂੰ ਅਗਲਾ ਮੋਹ ਕਰਦਾ ਤਾਂ ਲੈ ਗਏ, ਉਹ ਤਾਂ ਅਸੀਂ ਇਹਨੂੰ ਹੱਸੀ ਜਾਂਦੇ ਸੀ ਵੀ ਜਵਾਕ ਨੇ ਜੇ ਜੀ ਨਾ ਲਾਇਆ ਨਾ ਜੀ ਲੱਗਿਆ ਉਹਦਾ ਹੱਥ ਨੂੰ ਫੋਨ ਆ ਜਾਊਗਾ, ਉਹਨੇ ਜੀ ਲੈ ਕੇ ਗੱਡੀ ਵਗ ਜਾਣਗੇ, ਐਡੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਨਾਲੇ ਉਹਨਾਂ ਦਾ ਕਿਹੜਾ ਜੀ ਨਹੀਂ ਕਰਦਾ ਜਵਾਕ ਨਾਲ ਖੇਡਣ ਨੂੰ, ਤੁਸੀਂ ਵੀ ਤਾਂ ਆਉਂਦੇ ਹੀ ਹੋ। ਦੇਖ ਲੈ ਕਹਿੰਦੀ ਤੁਸੀਂ ਵੀ ਤਾਂ ਆਉਂਦੇ ਹੋ, ਕੋਈ ਨੀ ਵੀਰ ਅਸੀਂ ਤਾਂ ਹੁਣ ਬਗਾਨੇ ਹੋ ਗਏ, ਉਹ ਹੋ ਗਏ ਆਪਦੇ, ਹਨਾ ਮੇਰਾ ਕਿਹੜਾ ਕੁਛ ਰਿਹਾ, ਇਹ ਤਾਂ ਉਹੀ ਗੱਲ ਹੈ ਕਿ ਮੇਰੀ ਮੋਹ ਮਮਤਾ ਹੈ, ਮੈਨੂੰ ਖਿੱਚ ਲਿਆਉਂਦੀ ਹੈ, ਮੈਂ ਆ ਜਾਂਦੀ ਹਾਂ ਤਾਈ ਕਹਿ ਕੇ ਸ਼ੌਂਕ ਪੂਰਾ ਕਰ ਲੈਂਦੀ ਆਈ ਦਾ। ਇਹੋ ਜੀ ਗੱਲ ਨਹੀਂ ਹੈਗੀ ਤਾਈ, ਜਵਾਕ ਆਗਾ ਉਹ ਕੌਣ ਨਹੀਂ ਖੇਡਦਾ ਉਹਦੇ ਨਾਲ ਸਾਰੇ, ਤੁਸੀਂ ਅਸੀਂ ਤੁਹਾਨੂੰ ਕਦੇ ਰੋਕਿਆ ਗਾ? ਨਾਲੇ ਮੇਰੀ ਗੱਲ ਸੁਣ ਤਾਈ, ਉਹਦੇ ਵਿੱਚ ਤਾਂ ਗੁੱਸਾ ਕਰਨ ਦੀ ਲੋੜ ਹੀ ਨਹੀਂ, ਤੇਰੇ ਘਰੇ ਮੇਰੀ ਗੱਲ ਸੁਣ ਉਹ ਹੁੰਦਾ ਫੇਰ ਵੀ ਨਾਨਕਿਆਂ ਨੇ ਤਾਂ ਜਾਣਾ ਹੀ ਸੀਗਾ, ਇਹ ਤਾਂ ਵਾਧੂ ਦੀਆਂ ਹੋਣੇ ਦੇਖ, ਹੁਣ ਸਾਰੀ ਉਮਰ ਨਹੀਂ ਤਾਈ ਐ ਹੈਂਕੜੀਆਂ ਚੱਲਦੀਆਂ। ਨਾਲੇ ਘੱਟੋ ਘੱਟ ਉਹ ਚਲਾਕੀਆਂ ਨਾਲ ਜਵਾਕ ਚੱਕ ਕੇ ਤਾਂ ਨਹੀਂ ਲੈ ਕੇ ਜਾਂਦੇ, ਪੁੱਛ ਕੇ ਲੈ ਕੇ ਜਾਂਦੇ ਨੇ। ਫੇਰ ਕਿਹੜਾ ਰਹਿ ਗਿਆ, ਜੇ ਮੈਂ ਲੈ ਗਈ ਤੀ ਮੈਂ ਉਹਦੀ ਕੁਛ ਲੱਗਦੀ ਤੀ, ਮੈਂ ਤਾਂ ਲੈ ਗਈ ਤੀ, ਤੇ ਫਿਰ ਉਹਨਾਂ ਦੀ ਵੀ ਤਾਂ ਲੱਗਦੀ ਐ। ਕੋਈ ਨਾ ਫਿਰ ਉਹਨਾਂ ਦੀ ਕਿਹੜਾ ਮੈਂ ਡਾਂਗ ਮਾਰੀ, ਜੇ ਲੈ ਗਏ ਲਗਾ ਗਏ ਛੱਡ ਜਾਣਗੇ, ਨਹੀਂ ਤੂੰ ਲੈ ਆਈ ਜਾ ਕੇ ਜਲਦੀ, ਤਾਂ ਹੁਣ ਮੈਂ ਨਹੀਂ ਕੁਛ ਸਾਰ ਦਿਨ ਉਹੀ ਲੱਗਦੇ ਨੇ ਸਭ ਕੁਛ ਵੀਰ। ਚੱਲ ਤਾਈ ਕਾਹਨੂੰ ਆਏ ਵੀ ਆ ਕੇ ਘਰੇ ਕਚੀਰਾ ਪੈ ਜਾਂਦਾ, ਐਡੀ ਕੀ ਗੱਲ ਹੈ, ਕੋਈ ਨਹੀਂ ਜਵਾਕ ਆ ਭਾਈ ਉਹਨਾਂ ਦਾ ਦੋਤਾ ਵਗ ਗਿਆ, ਕੋਈ ਨਹੀਂ ਆਜੂਗਾ 2 ਦਿਨਾਂ ਨੂੰ। ਅਮਨ ਮੇਰੀ ਗੱਲ ਸੁਣ ਲੈ, ਹੈ ਤੁਸੀਂ ਫੇਰ ਵੀ ਉਹੀ ਗੱਲ ਹੈ ਕਿ ਚਰਨਜੀਤਾਂ ਨੂੰ ਉਹ ਮੈਨੂੰ ਕਿੰਨਾ ਵਧੀਆ ਬੋਲਦੀ ਹੋ, ਨੀ ਇਹ ਮੇਰੀ ਸਹੇੜੀ ਹੋਈ, ਦੇਖ ਲੈ ਮੈਨੂੰ ਕੀ ਕੁਛ ਬੋਲਦੀ ਹੈ। ਚੱਲ ਕੋਈ ਨਹੀਂ ਤਾਈ ਚੁੱਪ ਕਰ ਜਾ ਅੰਜਲੀ,
इन्हां गल्लां ते मिट्टी बह जा, मैं तेनूं ठंडा पानी लिया के दिनी आ। मैं लगता घरों लाभो ना लड़के आई होगी, ताई दा ब्लड पहले ही बढ़िया सी, उत्तों चले इन्हूं आ गल पता लग गई। कोई नहीं ताई जी, साडा सारे टब्बर दे नहीं लगता जवाक बिना, हथ ने इन्हां नूं तोरांगे तड़के लैके जवाक नूं आ जाणगे, नाले आप मिले आउणगे, नाले चल जवाक मिल लू इक रात। कोई ना वीर, मैं तां पाती मिट्टी, मेरे तां रब ने पाती ज्यादा, मैं की ओही गल के कहण जोगरी रह गई हुण कुछ। कोई ना, माड़ा जिहा दिमाग नूं ठंडा रख लिया कर, इन्ना ना ताहा चढ़िया कर, ना गल दा वाधा वधाया कर, तू जानी सोखी है। ठंडा ही रहिंदा है ਜਦੋਂ ਮੂੰਹ ਨੂੰ ਕਲੋਟੀ ਗੱਲ ਕਹਿੰਦਾ ਫਿਰ ਦਿਮਾਗ ਤਾਂ ਫੇਰ ਤੇਜ਼ ਹੁੰਦਾ ਹੈ। ਆਨੂੰ ਠੰਡਾ ਦਿਮਾਗ ਤਾਂ ਤੇਰਾ ਤੱਤਾ ਹੀ ਭਰਿਆ, ਰੱਬ ਨੇ ਤੂੰ ਤਾਂ ਤੱਤੀ ਕੋਈ ਚੱਲਦੀ ਆ ਸਾਰਾ ਦਿਨ, ਕਿਸੇ ਦੀ ਸੁਣਦੀ ਨੀ। ਜੇ ਚਲਾਕੀਆਂ ਬੰਦ ਹੋਣ ਨਾ ਫੇਰ ਹੀ ਠੰਡਾ ਹੋਊਗਾ ਦਿਮਾਗ ਸਾਰਾ ਦਿਨ। ਕੋਈ ਨਹੀਂ, ਚੱਲ ਤੂੰ ਚੁੱਪ। ਚਲਾਕੀਆਂ ਮੈਂ ਕਰਦੀਆਂ, ਜੇ ਰੱਬ ਮੈਨੂੰ ਲੈ ਜੇ ਤੂੰ ਠੰਡੀ ਹੋ ਜੀ, ਨਾ ਸਾਰੇ ਸਿਆਪੇ ਮੁੱਕ ਜਾਣਗੇ, ਹਨਾ ਮੇਰੇ ਨਾਲ ਸਾਰੀ ਕੁਛ ਔਖ ਹੋ ਰਿਹਾ ਤੈਨੂੰ। ਕੋਈ ਨਾ ਕਾਹਨੂੰ ਤੈਨੂੰ ਲੈ ਜਾਵੇ, ਕੋਈ ਨਾ ਐ ਨਾ ਕਰਿਆ ਕਰ, ਆਪੋ ਆਪਦੇ ਘਰ ਵਾਰੀ ਸਾਰੇ ਸੌਖੇ ਬਸੋ। ਆਪਦੇ ਪੁੱਤ ਦੀ ਨਿਉਂ ਜੇੜ ਤੇ ਸਭ ਦੀ ਅਕੇ ਮੇਰ ਪੱਖ ਹੁੰਦੀ ਹੁੰਦੀ ਹੈ, ਇਹ ਕੋਈ ਮੇਰਾ ਨਵਾਂ ਕੰਮ ਨਹੀਂ ਕਰਦੀ ਹੈਗੀ। ਸੋਨੀਆ ਹਾਏ ਪਈਆਂ, ਉਹੀ ਪੈ ਗਈ ਮੈਂ, ਨਾਲੇ ਉੱਧਰ ਨਹੀਂ ਗਈ, ਇੱਥੇ ਜਗ੍ਹਾ ਤੋਂ ਲੇਟੀ ਪਈਆਂ ਨੀ। ਨਹੀਂ ਮੈਂ ਤੇਰਾ ਬਾਈ ਆਉਣ ਵਾਲਾ ਸੀ, ਮੈਂ ਕਿਹਾ ਉਹ ਆ ਕੇ ਫਿਰ ਪਿੱਟਣ ਲੱਗ ਜੂ, ਜੇ ਮੈਂ ਉਹਨਾਂ 'ਚ ਬੈਠੀ ਹੋਈ ਤਾਂ ਮੈਂ ਤੌਰੀ ਪੈ ਗਈ। ਅੱਛਾ, ਹੋਰ ਸੁਣਾ ਕੀ ਕਰੇਈ? ਕਰਨਾ ਕੀ ਆ, ਵਿਹਲੀ ਸੀਗੀ, ਕੰਮ ਜੇ ਨਿਬੇੜ ਤੇ ਸੀ, ਉਹ ਮੇਰੇ ਵਾਲੀ ਬੀਬੀ ਬੋਲੀ ਜਾਂਦੀ ਸੀ, ਮੈਂ ਤਾਂ ਉੱਧਰ ਜਾਂਦੀ ਹਾਂ ਟਲਕੇ ਆ ਗਈ। ਹਾਂ ਇਧਰੋਂ ਹੀ ਗਈ ਹੈ ਤਾਈ, ਇਧਰ ਹੀ ਬੜਬੜ ਕਰਦੀ ਜਾਂਦੀ ਸੀ, ਨੀ ਕਾਹਨੂੰ ਪੜੀਏ, ਅੱਜ ਉਹਦਾ ਮਾਮਾ ਆਇਆ ਸੀ ਸਾਡਾ ਜਵਾਕ ਜੈ ਨੂੰ ਲੈ ਗਏ ਉਹ ਛੋਟੇ ਨੂੰ, ਤੇ ਮੇਰਾ ਤਾਂ ਆਮ ਨੀ ਜੀ ਲੱਗਦਾ, ਮੈਂ ਤਾਂ ਹੀ ਉਰੇ ਪੈ ਗਈ। ਉਹਦੇ ਕਰਕੇ ਬਥੇਰਾ ਬੋਲੀ ਜਾਂਦੀ ਸੀ, ਮੈਂ ਤਾਂ ਗਈ ਨੀ, ਭਾਂਡੇ ਮਾਂਜੀ ਜਾਂਦੀ ਸੀ, ਊਂ ਸੁਣੀ ਜਾਂਦਾ ਸੀਗਾ, ਬਥੇਰਾ ਬੋਲੀ ਜਾਂਦੀ ਸੀ ਅੰਜਲੀ ਨੂੰ। ਲੈ ਦੱਸ ਫਿਰ ਕੀ ਹੋ ਗਿਆ ਜੀ, ਉਹਦਾ ਮਾਮਾ ਲੈ ਗਿਆ ਇੱਕ ਦਿਨ, ਨੀ ਚਾਦਰ ਕੀ ਘੋਟ ਦੀ ਆਪ ਉਹਨੂੰ ਆਇਆ ਵੀ ਮੇਰੀ ਚੱਲੇ, ਇਧਰੋਂ ਹੀ ਪੜ ਕੇ ਗਈ ਹੋਊਗੀ, ਉਧਰ ਜਾ ਕੇ ਮੇਰੇ ਤੇ ਬੋਲਣ ਲੱਗ ਗਈ। ਹਾਂ ਹੀ ਕਰਦੀ ਆ, ਤਾਂ ਹੀ ਬੜਬੜ ਕਰਦੀ ਜਾਂਦੀ ਸੀ, ਮੈਂ ਤਾਂ ਫਿਰ ਚੁੱਪ ਕਰਕੇ ਜੇ ਨੰਗੇ, ਮੈਂ ਹਾਪੀ ਬੋਲੀ ਜਾਊਗੀ। ਮੈਂ ਤੈਨੂੰ ਐਂ ਕਹਿੰਦੀ ਆ, ਤੇ ਕਰਮਾ ਬਾਈ ਗਿਆ ਸੀ ਉਧਰ ਤੁਹਾਡੇ ਕਿੰਨੀ? ਹਾਂ ਉਹਦੇ ਕੋਲੇ ਗਿਆ ਸੀਗਾ ਵੀ ਕੋਲੇ, ਬਲਾਈ ਰੋਂਦਾ ਸੀ ਉਹਦੇ ਕੋਲੇ ਭੜੀ। ਕਿਉਂ, ਮੈਨੂੰ ਕੀ ਪਤਾ ਕੋਈ ਘਰੇ ਗੱਲ ਹੋਈ ਹੋਊਗੀ? ਨਾ ਵੀ ਸਾਡੇ ਘਰ ਤਾਂ ਕੋਈ ਵੀ ਗੱਲ ਨਹੀਂ। ਕਹਿੰਦਾ ਐਂ ਕਹਿੰਦਾ ਸੀ ਮੇਰਾ ਕੋਈ ਸਾਥ ਨਹੀਂ ਦਿੰਦਾ, ਕਹਿੰਦਾ ਸੋਨੀਆ ਵੀ ਨਹੀਂ ਸਾਥ ਦਿੰਦੀ ਹੈਗੀ ਮੇਰਾ, ਨੀ ਤੂੰ ਐਂ ਕਾਹਤੋਂ ਕਰਦੀ ਹੁੰਦੀ ਆਂਗੀ। ਮੇਰੀ ਗੱਲ ਸੁਣ ਭੜੀਏ, ਸਾਥ ਵਾਲੀ ਕੀ ਗੱਲ ਹੈ? ਹੁਣ ਜੇ ਉਹਨੇ ਕਿਹਾ ਵੀ ਅੱਡ ਹੋ ਜਾ, ਮੈਂ ਦੇਖ ਲਾ ਉਹਦੇ ਪਿੱਛੇ ਲੱਗ ਕੇ ਅੱਡ ਵੀ ਹੋ ਗਈ, ਨਾਲ ਤੈਨੂੰ ਪਤਾ ਮੈਨੂੰ ਤਾਂ ਉਧਰ ਇੱਕ ਮਿੰਟ ਵੀ ਸਰਦਾ ਹੈਗਾ। ਨਹੀਂ ਸਰਦਾ ਤਾਂ ਚੱਲ ਕਿਹਨੂੰ ਹੁੰਦਾ, ਆਖਰ ਨੂੰ ਆਪਦਾ ਬੰਦਾ ਹੀ ਨਾਲ ਖੜਦਾ ਹੁੰਦਾ, ਕਿੰਨਾ ਵੀ ਮਾੜਾ ਗਾ, ਤੂੰ ਇੱਕ ਵਾਰ ਉਹਦਾ ਸਾਥ ਦੇ ਕੇ ਦੇਖ, ਕੀ ਪਤਾ ਸੁਧਰ ਜੇ। ਹੁਣ ਮੈਂ ਦੱਸ ਕੀ ਕਰਾਂ, ਜਿਵੇਂ ਉਹ ਕਹਿੰਦਾ ਉਵੇਂ ਮੈਂ ਕਰ ਲੈਂਦੀ ਹੈਗੀ। ਉਹ ਕਹਿੰਦਾ ਅੱਡ ਹੋ ਜਾ ਅੱਡ ਹੋ ਗਈ, ਜਿੰਨੇ ਭਾਂਡੇ ਗਏ ਸੀ ਉਹ ਚੱਕ ਲਈ, ਹੋਰ ਦੱਸ। ਉਹ ਤਾਂ ਐਂ ਕਹਿੰਦਾ, ਭੈਣੇ ਤੈਨੂੰ ਨੀ ਪਤਾ ਹੈਗਾ ਸਾਡੇ ਬਾਪੂ ਨਾਂ ਜ਼ਮੀਨ ਹੈਗੀ, ਉਹ ਤਾਂ ਐਂ ਕਹਿੰਦਾ ਵੀ ਸਾਡੀ ਜ਼ਮੀਨ ਸਾਡੇ ਨਾਂ ਕਰਦੇ, ਤੈਨੂੰ ਨੀ ਪਤਾ ਹੈਗਾ ਪੀਣ ਵਾਲੇ ਬੰਦੇ ਦਾ, ਇਹ ਤਾਂ ਦਿਨਾਂ 'ਚ ਹੀ ਖਤਮ ਕਰ ਦੂ ਜ਼ਮੀਨ ਪੀ ਪੀ ਕੇ ਮੂੰਹ ਤੋਂ। ਨਹੀਂ ਸਿਆਣਿਆਂ ਨੇ ਸੱਚ ਹੀ ਕਿਹਾ ਹੈ, ਬੰਦਾ ਕਹਿੰਦਾ ਜੇ ਕਹੀ ਨਾਲ ਪੱਟਣ ਲੱਗ ਜੇ ਤਾਂ ਨੀ ਘਰ ਪੱਟਿਆ ਜਾਂਦਾ, ਤੀਵੀਂ ਜੇ ਸੂਈ ਨਾਲ ਪੱਟਣ ਲੱਗ ਜੇ ਮਿੰਟ 'ਚ ਜਾੜ ਦਿੰਦੀ ਆ। ਮੈਂ ਤੈਨੂੰ ਐਂ ਗੱਲ ਕਹਿਣੀ ਆ, ਮੇਰੀ ਗੱਲ ਨੂੰ ਗਲਤ ਨਾ ਸਮਝੀ ਭੈਣ ਬਣ ਕੇ, ਵੀ ਤੂੰ ਕੇਰਾਂ ਉਹਦਾ ਸਾਥ ਦੇ ਕੇ ਦੇਖ, ਨਾ ਜਾਣੀਏ ਕੋਈ ਕੱਲ ਨੂੰ ਗੱਲਬਾਤ ਕਰ ਲਈ ਅਗਲਾ ਤਾਂ ਤੇਰਾ ਨਾਂ ਲਾਊਗਾ ਵੀ ਉਹਨਾਂ ਪਿੱਛੇ ਲੱਗ ਕੇ ਆਪਦਾ ਘਰ ਪੱਟ ਲਿਆ। ਓ ਘਰ ਪੱਟਣ ਨੂੰ ਮੈਂ ਦੱਸ ਕਿਹੜਾ ਕਿਤੇ ਜਾਣੀ ਆ ਪੜੀਏ, ਹੋਰ ਦੱਸ ਕੀ ਕਰਾਂ? ਕੋਈ ਗੱਲ ਨੀ, ਆ ਜਾਂਦੇ ਮੈਂ ਕਰੂੰਗੀ ਉਹਦੇ ਨਾਲ ਗੱਲ। ਉਹ ਤਾਂ ਉਹੀ ਫਿਰਦਾ ਗਾ, ਧੱਕੇ ਖਾਂਦਾ, ਕਦੀ ਕਿਸੇ ਕੋਲ ਰੋਣੇ ਲੱਗ ਜਾਂਦਾ, ਕਰੋਣਾ ਕਦੀ ਕਿਸੇ ਕੋਲ ਰੋਣੇ ਰੋਣ ਲੱਗ ਜਾਂਦਾ। ਮੇਰੀ ਗੱਲ ਸੁਣ ਲੈ, ਜਿਹੋ ਜੇ ਮੇਰੇ ਸੱਸ ਸਹੁਰੇ ਨੇ ਕਿਸੇ ਦੇ ਨਹੀਂ ਹੈਗੇ, ਇਹਨੂੰ ਲਾ ਕੇ ਖਾਣੀ ਨਹੀਂ ਆਉਂਦੀ ਸਾਡੇ ਵਾਲੇ ਨੂੰ। ਨਹੀਂ ਸਾਰੀ ਐਂ ਕਹਿੰਦੇ ਹੁੰਦੇ ਨੇ, ਤੂੰ ਆਹ ਦੇਖ ਲਾ ਬੁੱਧੂ ਕੀ ਵੱਡੀ ਨੂੰਹ ਆ ਗਈ, ਪਹਿਲਾਂ ਤਾਂ ਅਈਂ ਉਹਨੂੰ ਮਿੱਠੇ ਪੋਚੇ ਮਾਰ ਮਾਰ ਕੇ ਅੱਡ ਕਰਤਾ, ਅਸੀਂ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ, ਮੁੜ ਕੇ ਵਿਚਾਰੀ ਨੂੰ ਕੀ ਦਿੱਤਾ ਉਹ ਦੇਖ ਲਾ, ਲੋਕਾਂ ਦੇ ਘਰਾਂ 'ਚ ਕੰਮ ਕਰਦੀ ਫਿਰਦੀ ਆ ਗਈ, ਮੰਗਤੀ ਬਣ ਗਈ। ਜਿਵੇਂ ਤੂੰ ਕਹਿੰਦਾ ਨੀ ਮੇਰੇ ਨਾਲ ਨੇ ਉਹ ਵੀ ਐਂ ਕਰਿਆ ਕਰਦੀ ਸੀਗੀ, ਅੱਜ ਕੱਲ੍ਹ ਕਿਸੇ ਤੇ ਭਰੋਸਾ ਕਰਨ ਦਾ ਰਿਹਾ ਨੀ ਹੈਗਾ ਭੈਣੇ, ਮੈਂ ਤਾਂ ਤੈਨੂੰ ਆਹ ਗੱਲ ਕਹਿਣੀ ਆ। ਲੱਭੋ ਆ ਤੂੰ ਚਿੰਤਾ ਜੀ ਚ ਪਾਤਾ ਮੈਨੂੰ, ਨਾਲੇ ਮੇਰੀ ਗੱਲ ਸੁਣ ਲੈ, ਮੇਰੇ ਸੱਸ ਸਹੁਰੇ ਵਰਗਾ ਕੋਈ ਨੀ ਹੈਗਾ, ਮੇਰੀ ਸੱਸ ਕਿਹੜਾ ਮੈਨੂੰ ਅੱਡ ਕਰਦੀ ਸੀ। ਮੇਰੀ ਗੱਲ ਸੁਣ, ਜਿਹੜੀ ਬੁੱਧੂ ਤਾਈ ਕੇ ਉਹ ਆ ਗਈ ਤਾਈ ਆ, ਉਹ ਦੇਖ ਲਾ ਆਪਦੀ ਵੱਡੀ ਨੂੰਹ ਦੇ ਮੂੰਹ ਚ ਬੁਰਕੀਆਂ ਪਾਉਂਦੀ ਸੀ, ਕਹਿੰਦੀ ਹੁੰਦੀ ਸੀ ਨਾ ਆਪਣੇ ਸੁਣਨ ਦੀ ਗੱਲ ਆ ਗਈ, ਕਹਿੰਦੀ ਹੁੰਦੀ ਸੀ ਮੇਰੀ ਵੱਡੀ ਨੂੰਹ ਵਰਗੀ ਤਾਂ ਕਿਸੇ ਦੇ ਨੂੰਹ ਨੀ ਹੈਗੀ, ਤੂੰ ਤਾਂ ਆਪਣੀ ਚਾਚੀ ਨੂੰ ਹੀ ਦੇਖ ਲਾ, ਹਨਾ ਮਾਂ ਨੂੰ ਤੇਰੇ ਵਾਲੀ ਨੂੰ ਬਥੇਰਾ ਪਿਆਰ ਕਰਦੀ ਆ, ਤੁਹਾਡਾ ਮੈਂ ਨੀ ਕਹਿੰਦੀ ਵੀ ਪਿਆਰ ਨੀ ਕਰਦੀ। ਦੇਖ ਸੋਹਣੀਆ ਗੱਲ ਮੇਰੀ ਸਮਝ, ਸਮਾਂ ਬਦਲਣ ਨੂੰ ਮਿੰਟ ਲੱਗਦਾ ਹੁੰਦਾ, ਮੁੜ ਕੇ ਹੱਥਾਂ ਤੇ ਹੱਥ ਮਾਰ ਕੇ ਬੈਠੀ ਰਹੇਗੀ, ਕੁਛ ਨੀ ਅੱਲੇ ਪੱਲੇ ਰਹਿਣਾ, ਨਾਲੇ ਜਵਾਕ ਨੇ ਗੇ ਕਿੱਥੇ, ਨਾ ਹੁਣ ਤਾਂ ਚੱਲ ਉਹ ਪੜ੍ਹਦੇ ਨੇ ਨਾਨਕੇ, ਨਾਨਕੇ ਕਿੰਨਾ ਕੁ ਟਾਈਮ ਉੱਟਣਗੇ ਬਈ। ਇਹ ਤਾਂ ਹੈ ਗੱਲ, ਕੀ ਕਰਾਂ ਪੜੀਏ ਮੈਂ। ਮੈਂ ਤੈਨੂੰ ਐਂ ਕਹਿੰਦੀ ਆ, ਕਰਨਾ ਕਰਾਉਣਾ ਕੁਛ ਨੀ, ਤੂੰ ਬਾਈ ਦਾ ਸਾਥ ਦੇ, ਜਿਵੇਂ ਬਾਈ ਕਹਿੰਦਾ ਉਵੇਂ ਕਰਿਆ ਕਰ। ਨੀ ਫਿਰ ਤੈਨੂੰ ਪਤਾ ਬਾਈ ਤੋਂ ਵੀ ਡਰ ਲੱਗਦਾ ਹੈ, ਇਹ ਤੈਨੂੰ ਪਤਾ ਜੇ ਇਹਦੇ ਨਾਂ ਜ਼ਮੀਨ ਲੱਗ ਗਈ ਜਾਂ ਇਹਦਾ ਸਾਥ ਦੇਤਾ, ਮੈਂ ਬਾਪੂ ਹਰਾਂ ਨਾਲ ਲੜ ਪਈ ਵੀ ਭਾਈ ਸਾਡੀ ਜ਼ਮੀਨ ਸਾਡੇ ਨਾਂ ਕਰਾਉ, ਤਾਂ ਚੱਲ ਮੰਨ ਲਿਆ ਉਹਨਾਂ ਨੇ ਕਰਾਤੀ, ਇਹਦਾ ਦਿਨਾਂ ਚ ਪੀ ਜੂਗਾ, ਤੈਨੂੰ ਨੀ ਪਤਾ ਹੈਗਾ ਦਿਨਾਂ ਚ ਪੀਊਗਾ। ਮੇਰੀ ਗੱਲ ਸੁਣ, ਹਿਸਾਬ ਨਾਲ ਚੱਲ।
नहीं नहीं हटदा इन्ने चिर दा तां हटिया नहीं हैगा। तू मेरी गल सुन, तू उहनूं कह के देखी भी मैं तेरा हर एक काम च साथ दूं, चाहे तू काम सीधा करे चाहे तू काम पुठा करे, पर मेरी एक शर्त है, दारू पीनी छड़ दे। सीधे काम पढ़िए, ओह कित्थे करदा, तां पुठी करदा आ, हुण आजू ललकरे मारदा। सोली तू वी तैनूं कानूं पता, मेरी मेरी गल मैनूं सारा कुछ ही पता, मैं तेरे कोले तां ही आई आ भी देख किसे दे पिछे नहीं लगी दा हुंदा, आपदा घर जोड़ ला तां फायदे च रहेगी। ओहनूं तू मिठ प्यार ते नाल बड़िया के ਉਹ ਐ ਕਹਿ ਵੀ ਦਾਰੂ ਪੀਣੀ ਛੱਡ ਦੇ, ਆਪਦੇ ਘਰ ਨੂੰ ਚੀਜ਼ ਜੋੜ, ਜਵਾਕਾਂ ਦਾ ਕੁਛ ਬਣਾ ਲਾਂਗੇ। ਹਾਂ ਇਹ ਤਾਂ ਤੇਰੀ ਗੱਲ ਠੀਕ ਹੈ, ਹੁਣ ਤਾਂ ਐਂ ਲਾ ਲਿਆ ਵੀ ਅਸੀਂ ਦੇਖ ਲੈ, ਹੁਣ 2-3 ਦਿਨ ਹੋ ਗਏ ਅੱਡ ਹੋਇਆ ਨੂੰ, ਤੇ ਹੁਣ ਤਾਂ 2 ਦਿਨ ਹੋ ਗਏ ਪੀ ਕੇ ਨੀ ਆਉਂਦਾ ਹੈਗਾ, ਨਾ ਤਾਂ ਰਾਤ ਪੀ ਕੇ। ਚੱਲ ਕੀ ਪਤਾ, ਮੈਂ ਤਾਂ ਕਹਿੰਦੀ ਅੱਜ ਵੀ ਸੋਫੀ ਆ ਜੇ। ਮੈਂ ਤੈਨੂੰ ਐਂ ਕਹਿਣੀ ਆ, ਦੇਖ ਸੋਹਣੀਆ ਕਿੰਨਾ ਕੁ ਟਾਈਮ ਕਿਸੇ ਦੇ ਟੁਕੜਿਆਂ ਤੇ ਪਲੀ ਜਾਵਾਂਗੇ ਆਪਾਂ, ਹੈਂ ਕਿਸੇ ਦੇ ਟੁਕੜਿਆਂ ਤੇ ਕਿੰਨਾ ਕੁ ਟਾਈਮ ਪਲੀ ਜਾਵਾਂਗੇ। ਨਾਲੇ ਤੇ ਉੱਧਰ ਤਾਂ ਪ੍ਰਧਾਨਗੀ ਵੱਡੀ ਦੀ ਚੱਲਦੀ ਆ, ਛੋਟਿਆਂ ਨੂੰ ਕੌਣ ਪੁੱਛਦਾ ਹੁੰਦਾ, ਤੇ ਮੈਨੂੰ ਵੀ ਦੇਖ ਲਾ, ਸਾਡਾ ਨਾਲੇ ਛੋਟਾ ਰੱਬ ਨੂੰ ਪਿਆਰਾ ਹੋ ਗਿਆ, ਫਿਰ ਵੀ ਮੇਰੀ ਮਾਂ ਹਾਏ ਛੋਟਾ ਹਾਏ ਛੋਟਾ ਤੁਸੀਂ। ਮੈਨੂੰ ਤਾਂ ਕਦੇ ਕਦੇ ਆਪ ਐਂ ਸੋਚ ਲੱਗ ਜਾਂਦੀ ਆ ਵੀ ਸਾਡੀ ਮਾਂ ਨੇ ਸਾਨੂੰ ਕੁਛ ਨਹੀਂ ਦੇਣਾ। ਤੂੰ ਕੀ ਕਹਿੰਦੀ ਆ, ਮੈਂ ਤਾਂ ਆਪ ਤੇਰੇ ਨਾਲੋਂ ਵਾਹਲੀ ਦੁਖੀ ਆ। ਤੂੰ ਤਾਂ ਐਂ ਕਹਿੰਦਾ ਨੀ ਆ ਵੀ ਬਾਈ ਦਾਰੂ ਪੀਂਦਾ, ਸਾਡੇ ਵਾਲਾ ਤਾਂ ਦਾਰੂ ਵੀ ਨੀ ਪੀਂਦਾ, ਫਿਰ ਵੀ ਮੈਨੂੰ ਤਾਂ ਡਰ ਲੱਗਿਆ ਰਹਿੰਦਾ ਵੀ ਮੇਰੇ ਜਵਾਕ ਦਾ ਪਤਾ ਨੀ ਕਿੱਦੇ ਕੁਛ ਬਣੂਗਾ। ਨਹੀਂ ਨਹੀਂ ਨਹੀਂ, ਮੇਰੀ ਸੱਸ ਇਹੋ ਜਿਹੀ ਨਹੀਂ ਹੈਗੀ, ਉਹ ਤਾਂ ਸਾਡਾ ਤਿੰਨਾਂ ਦਾ ਇੱਕੋ ਜਿੰਨਾ ਕਰਦੀ ਹੈਗੀ, ਆ ਸਾਡੇ ਵਾਲੀ ਵੱਡੀ ਆ, ਦੇ ਲਓ ਵੀ ਮੈਨੂੰ ਭੈਣਾਂ ਵਾਂਗੂ ਰੱਖਦੀ ਹੈ। ਮੈਨੂੰ ਤਾਂ ਕਦੀ ਨਹੀਂ ਇਹਨਾਂ ਨੇ ਕੋਈ ਉਹ, ਤੈਨੂੰ ਪਤਾ ਕੋਈ ਗੱਲ ਨਹੀਂ ਕਰੀ ਹੈਗੀ, ਆ ਤਾਂ ਸਗੋਂ ਸਾਡੇ ਵਾਲੇ ਤੋਂ ਡਰ ਲੱਗਦਾ ਰਹਿੰਦਾ ਮੈਨੂੰ ਤਾਂ। ਮੇਰੀ ਗੱਲ ਸੁਣ, ਤੂੰ ਇਹਨਾਂ ਨੂੰ ਪਰਤਿਆ ਕੇ ਦੇਖ, ਕਿਸੇ ਵੀ ਗੱਲ 'ਚ ਪਰਤਿਆ ਲਾ, ਤੈਨੂੰ ਪਤਾ ਲੱਗ ਜੂ ਵੀ ਤੇਰਾ ਕਿੰਨਾ ਕੁ ਪਿਆਰ ਕਰਦੀਆਂ ਨੇ ਕਿੰਨਾ ਕੁ ਨਹੀਂ ਕਰਦੀਆਂ। ਚੱਲ ਕੋਈ ਨਾ, ਦੇਖਦੀ ਹਾਂ ਮੈਂ ਕੋਈ ਨਾ ਕੋਈ ਗੱਲ ਕਹਿ ਕੇ, ਹਨਾ। ਹਾਂ ਪਤਾ ਲੱਗ ਜੂਗਾ। ਚੱਲ ਮੈਨੂੰ ਇਹ ਦੱਸ, ਹੈਗੀਆਂ ਨੇ ਉੱਧਰ ਕੀ ਕਰੀ ਜਾਂਦੀਆਂ ਨੇ ਉਹ? ਪਤਾ ਨਹੀਂ, ਮੈਨੂੰ ਲੱਗਦਾ ਸਬਜ਼ੀ ਚੀਰੀ ਜਾਂਦੀਆਂ ਸੀ, ਪਤਾ ਨਹੀਂ ਬੈਠੀਆਂ ਨੇ ਗੀਆਂ, ਹੁਣੀ ਆਈਆਂ ਮੈਂ ਵੀ ਉੱਠ ਕੇ ਉੱਧਰੋਂ। ਚੱਲ ਕੋਈ ਨਾ, ਮੈਂ ਜਾਇਆ ਮੈਂ ਉੱਧਰ। ਚੰਗਾ ਬਾਈ, ਚਾਹ ਬਣਾ। ਨਹੀਂ ਬਸ, ਚਾਹ ਨਹੀਂ ਮੈਂ ਪੀਂਦੀ, ਮੈਂ ਤਾਂ ਆਪਣੀ ਬਸ ਉਹੀ ਘਰ ਜੀ ਜੱਕਿਆ ਪਿਆ ਸੀਗਾ। ਤੇਰੇ ਵਾਲੀ ਮੇਰੀ ਵਾਲੀ ਮਾਂ ਦਾ ਪਤਾ ਹੀ ਆ ਤੈਨੂੰ, ਜਲੂਸ ਕੱਢਦੀ ਰਹਿੰਦੀ ਆ। ਮੈਂ ਉੱਧਰ ਵੀ 4 ਗੱਲਾਂ ਮਾਰਿਆ ਵਾਂ, ਮੇਰੀ ਗੱਲ ਤੇ ਗੌਰ ਕਰੀ ਚੰਗਾ। ਤੈਨੂੰ ਮੈਂ ਆਪਦੀ ਭੈਣ ਬਣਾ ਕੇ ਇਹ ਗੱਲ ਕਹੀ ਆਗੀ, ਕਿਤੇ ਆਪਦੀ ਸੱਸ ਕੋਲੇ ਜਾ ਕੇ ਦੱਸ ਦੇ, ਨਾਲੇ ਮੇਰੇ ਛੱਤਰ ਪਵਾਵੇਂ, ਨਾਲੇ ਆਪਦੀ ਗੁੱਤਣੀ ਪਟਾ ਲੇਂਗੀ। ਅੱਗੇ ਮੈਂ ਕਿੰਨੀਆਂ ਕੋ ਗੱਲਾਂ ਕਰੀਆਂ ਨੇ ਬੜੀ, ਹਾਂ ਇਹ ਕਰਦੀਆਂ ਤੂੰ ਤਾਂ ਜਿਵੇਂ ਮੈਂ ਕਹਿੰਦੀਆਂ, ਪਰਖ ਕੇ ਦੇਖੀ ਇਹਨਾਂ ਨੂੰ। ਚੰਗਾ ਚੱਲ, ਚੰਗਾ ਮੈਂ ਕੋਈ ਗੱਲ ਕਰਕੇ ਦੇਖੂੰਗੀ ਇਹਨਾਂ ਨਾਲ। ਚੰਗਾ, ਹੁਣ ਤਾਂ ਸਹੀ ਗੱਲ ਹੈ ਹਨਾ, ਕੋਈ ਪਤਾ ਨਹੀਂ ਹੈਗਾ ਕਿਸੇ ਦੇ ਮਨ 'ਚ ਕੀ ਹੈਗਾ। ਮੈਂ ਐਵੇਂ ਆਪਣੇ ਬੰਦੇ ਦਾ ਸਾਥ ਵੀ ਨਹੀਂ ਦਿੰਦੀ ਹੈਗੀ। ਚੱਲ ਕੋਈ ਨਾ, ਅੱਜ ਇਹਦੇ ਨਾਲ ਵੀ ਕਰਦੀ ਹਾਂ ਗੱਲ। ਕੀ ਦਾਲ ਪਾਣੀ ਬਣਾਉਣਾ ਮਾਂ ਅੱਜ? ਦਾਲ ਪਾਣੀ ਕਾਹਦਾ, ਆਲੂ ਬਣਾ ਲਓ। ਬਸ ਮਾਂ, ਆਲੂ ਖਾ ਖਾ ਕੇ ਸਾਗ ਸੂਗ ਬਣਾ ਲੈਣਾ ਇੱਕ ਦਿਨ। ਸਾਗ ਹੁਣ ਘਰੇ ਬੈਠੀ ਤਾਂ ਬਣਦਾ ਨੀ ਵੀਰ, ਜਾਵੇਂਗੀ ਖੇਤ ਤਾਂ ਤੋੜ ਕੇ ਲਿਆਵੇਂਗੀ, ਫੇਰ ਸਾਗ ਬਣੂਗਾ। ਰਾਜ ਬਾਈ ਨੂੰ, ਹਰਜੀਤ ਨੂੰ ਕਹਿ ਦਿੰਦੇ ਆ ਫਿਰ। ਅੱਜ ਉਹ ਜਵੀ ਬੀਜੀ ਆਉਂਦੇ, ਹੋਰ ਨਾ ਕਿਤੇ ਤੈਨੂੰ ਸਗਾੜਾ ਤੋੜ ਕੇ ਲਿਆ ਦੇਣ, ਕੁਛ ਨੀ ਲਿਆਉਂਦੇ ਉਹ। ਆਲੂ ਵੀ ਬਣਾ ਲੈਂਦੇ ਆ, ਬਾਲ ਲਾਂਗੇ। ਆਲੂ ਪਹਿਲਾਂ ਮੈਂ ਤਾਂ ਕੱਟਦੀ ਸੀ, ਤਾਂ ਹੀ ਨੀ ਕੱਟੇ, ਉਬਲੇ ਸਵਾਦ ਹੋ ਜਾਂਦੇ। ਧਨੀਆ ਪਾ ਲਾਂਗੇ। ਹਾਂ ਧਨੀਆ ਉੱਥੋਂ ਤੋੜ ਲਾਂਗੇ, ਪੋਰਕ ਧਨੀਆ ਤੋੜ ਕੇ ਪਾ ਲਾਂਗੇ, ਜੀਰੇ ਦਾ ਤੜਕਾ ਲਾ ਕੇ ਬਾਲੇ ਸਵਾਦ ਬਣਨਗੇ। ਦੇਖ ਲਾ। ਲਾਜ ਲੱਗ ਜੂਗੀ। ਕੀ ਗੱਲ ਚਾਚੀ, ਭੱਕੀ ਨੀ ਬੈਠੀ? ਤੇਰੇ ਸੱਸ ਨੂੰ ਕਿਹੜੀਆਂ ਪਰਿੰਡਾ ਖਵਾ ਕੇ ਤੋਰਿਆ ਸੀ, ਇੰਨਾ ਬੋਲਦੀ ਸੀ ਉਹ ਅੱਜ। ਮੈਨੂੰ ਤਾਂ ਨਾ ਕਦੇ ਕਦੇ ਨਾ ਭੈਣੇ ਆਏ ਹੁੰਦਾ ਹੁੰਦਾ, ਸੌਂ ਲੱਗੇ ਵੀ ਮੈਂ ਵੀ ਇੱਥੋਂ ਭੱਜ ਜਾ। ਮੇਰੀ ਸੱਸ ਆਉਂਦੀ ਆ ਤਾਂ ਤੁਸੀਂ ਉਹਨੂੰ ਕਹਿਣ ਲੱਗ ਜਾਂਦੇ, ਤੇਰੀ ਨੂੰਹ ਐ ਕਰਦੇ ਆ। ਮੈਂ ਆ ਗਈ ਹੁਣ ਮੇਰੀ ਸੱਸ ਦਾ। ਅਸੀਂ ਕਿਸੇ ਦੀਆਂ ਚੁਗਲੀਆਂ ਨੀ ਕਰਦੀਆਂ ਭੈਣੇ, ਸਾਡੇ ਨਾਲ ਉਹ ਬੋਲ ਕੇ ਗਈ ਆ, ਤਾਂ ਗਿਆ ਮੇਰੇ ਨਾਲ ਵੀ ਜੜ ਕੇ ਆਈ ਆ ਉਹ ਘਰੇ। ਬਥੇਰਾ ਜਲੂਸ ਉਹ ਇਹੋ ਜਿਹੀ ਹੋਈ ਆ ਭੈਣੇ, ਨਾ ਇਹਨੂੰ ਟਿਕਣ ਦਿੰਦੀ ਆ ਨਾ ਆਪਾਂ ਨੂੰ। ਮੇਰੇ ਨਾਲ ਪਤਾ ਕੀ ਜਲੂਸ ਕੱਢ ਕੇ ਆਈ ਆ? ਚਾਚੀ ਮੇਰੀ ਗੱਲ ਸੁਣ ਲਾ ਭਾਈ, ਲਾ ਕੇ ਮੇਰੇ 20 ਛਿੱਤਰ ਮਾਰੀ ਜੇ ਮੇਰੀ ਕੋਈ ਗਲਤੀ ਹੋਈ। ਨਾਲੇ ਭਾਈ ਹੁਣ ਤੁਸੀਂ ਵੀ ਗੱਲ ਮੇਰੀ ਧਿਆਨ ਨਾਲ ਸੁਣ ਲਓ, ਸਾਡਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ, ਠੀਕ ਆ? ਅਸੀਂ ਤਾਂ ਕਰਦੇ ਆ ਉਹਦੇ ਨਾਲ ਅੱਡ ਹੋਣ। ਕਰਦੀ ਫਿਰਦੀ ਆ, ਉਦੇ ਦੀ ਮੈਨੂੰ ਪਤਾ ਸੀ ਕਿਉਂ ਮਿੱਠੀ ਬਣੀ ਫਿਰਦੀ ਆ ਉਹ। ਜਵਾਬ ਲਿਆਉਂਦੀ ਆ ਮੇਰੇ ਨਾਲ ਜਲੂਸ ਕੱਢਿਆ ਚਾਚੀ, ਜਿੰਨਾ ਵੀ ਨਾ ਕਹਦੇ, ਅਸੀਂ ਦੋਨਾਂ ਨੇ ਇਹ ਗੱਲ ਕਹਿਤੀ ਵੀ ਸਾਨੂੰ ਵੀ ਤੂੰ ਬਰਤਨ ਹਟਾਏਗੀ, ਠੀਕ ਆ? ਅਭੀ ਕਹਿੰਦਾ ਵੀ ਸਾਨੂੰ ਅੱਡ ਕਰਦੇ, ਸਾਡਾ ਤੇਰੇ ਨਾਲ ਕੋਈ ਲਾਗਾ ਦੇਗਾ ਨਹੀਂ, ਜ਼ਮੀਨ ਦੇਣੀ ਲੱਖ ਵਾਰੀ ਨਾ ਦੇ। ਆਹੀ ਚਲਾਕੀਆਂ ਕਰਕੇ ਉਹ ਕੋਈ ਨੀ, ਕਿਉਂ ਐਡਾ ਘਬਰਾਉਣੀ ਹੈ? ਹੁਣ ਮੇਰੀ ਗੱਲ ਸੁਣ, ਫਿਰ ਕੋਰਟ ਕਚਹਿਰੀ ਐ ਕਹਿ ਦੂਗਾ ਵੀ ਭਾਈ ਚੱਕ ਕੇ ਜਵਾਕ ਉਹਨਾਂ ਨੂੰ ਫੜਾ ਦੋ, ਫਿਰਦੀ ਰਹਿਣ ਦੇ ਭੌਂਕ ਦੀ? ਐ ਤਾਂ ਫਿਰ ਕੋਰਟਾਂ ਕਚਹਿਰੀਆਂ ਮੈਂ ਕਹਿਣੀ ਆ ਵੀ ਜਵਾਕਾਂ ਨੂੰ ਹੀ ਮਨਾ ਦਿਆ ਕਰਨ, ਮਾਂ ਤੋਂ ਕਿਹੜਾ ਦੂਰ ਕਰ ਲੂ ਜਵਾਕ ਨੂੰ। ਉਹ ਮੈਂ ਮਰ ਜਾ, ਉਹ ਹੁਣ ਕੋਰਟ ਕਚਹਿਰੀਆਂ ਚ ਜਾਊਗੀ ਕੁੜੇ,
देख लै कि मर्जी एक चूड़िए दुध पिया लीए पर सप्पां दे पुत मित नहीं हुंदे हैगे ता ही भी राय कर दी फिर रुख तोड़ हुंदी कदे आ गई कदे लड़ गई कदे कुछ कर गई मैं मर जा मैं ता सोच लग गई कुड़े हुण कोर्ट कचहरियां च कड़ी सूगी हाए चाची इस ता दोने जीआं ने बथेरा जोर ला रख्या गा पर ओ किसे दी गल ही नहीं मानदी इका कंजरां दा पता नहीं इह जा केड़ा वकील टक्कर गया उहनूं जिहड़ा रोज ही कह दिंदा आ पुलिस वाले कोले वग जा कदे एसएसपी कोले भेज दंदा कदे डीसी दफ्तर भेज दंदा अई गेड़े कढ़दी फिरदी आ गई असीं तां ना हुण दोने जीआं ने गल ही नबेड़ती वी आपदा जिद्धर जाणा जिथे मर्जी जाणा उत्थे जा असीं नहीं तैनूं रोकदे हुण चाहे वह एस एस पी को जाए चाहे वह डीसी को जाए जे हूं उन्हें मेरा पुत अड किया ना मेरे तो फिर उन्होंने मैं दस दी पता बहुत इज्जत कर कर वेख ली मैं वेख ला लंगड़ी टायर है उत्तों कुछ होर ते बिचों कुछ होर जय वडी शर्म नहीं मानती हैगी होर ही चाला चलती फिर चाला तो उन्हें चलनिया ता ही तो भेत लैन आ हाँ। मैं भी आख्या है हूं कि मैं उड़ी उड़ी जी आऊ अग लगी आलिया वागू अग लगी आलिया वागू जाऊगी कदे किसी बहाने लड़न फिरू कदे किसी बहाने लड़न फिरू भी ऐ कोर्ट कचहरी च अच्छा वकील तेरी गोदी च जवाक पा दूगा भेने आही गल तो असी कहती सी भी तेरी सारी उम्र अद्धी का लंघ गई है अद्धी तू कोर्ट कचहरिया च रोल लेंगी फैसला तेरे फिर नहीं हक च आना की करेंगी नाले तो बर्तन नू रह जांगे नाले रिश्तेदार तो टुट के बह जांगे फिर की कर लेंगी तुसी तो मेरी मानते नहीं तुसी मेरा साथ नहीं दिंदे फिर अभी तो ओही गल फिर सुन के बैठी ओ उच्ची बोल भाई किसी मर्जी कचहरी च बग जे जज भी ना एक मां दे हक च फैसला सुनाऊगा ओ ता ठीक है मेरी गल सुन अभी तो नहीं सरदा तोड़ के लत नहीं करे बठाई जांदी भैणे इन्ना कुछ बोलदा ओनू हां ओदे छित्र खाना वाले लक्षणी ने ओनू कहंदी तू अड हो जा भाई ना मैं तेनू जमीन दवा ना हो करा ना फिर मेरी गल सुना पोते पिछे तो तू कोटा कचहरियां च फिर जेड़ा तेरा ज्यौंदा जागदा पोता ते ओनू तू अड होण नू फिरदीआं पता की कहंदी चाची अभी नू की कहंदी तुसी तां कहंदे मेरी न्योजड़ लगण नहीं दिंदे अच्छा लगी लगाई तां कहंदे तू पट दीआं न्योजड़ असीं लगण नहीं दिंदे असीं लगण नहीं फिर अभी ने कहता मेरा पुत हैगा कहंदा मैं हैगा चलो तां रब ने खोलिआ रब ने जड़ी मार पाई सी ओ तां आपां नू भोगणी पऊगी हुण हटी ही नहीं फिर ओ तां रब अभी कहंदा कुछ मर्जी कर ला सी नहीं तेरा साथ कोई गल नहीं फिर हुण आए करन दे ताई नू साडे घरे आउंदे असीं कड्डांगे ओदा जलूस की गल ओदी न्योजड़ रखण दे मारे ने तां असीं हरजीत नू वी आए इक वारी नहीं पुछिआ वी भाई तैनू पग दवाईए ना दवाईए ओनू जवाक नू असीं डंड के रख्या सानू की लोड़ सी फिर बगाना गूं चक्कण दी बस नहीं ओही गल आ भैणे मैं तां आप इही सोचदी हुंनी आ वी आ तां आपां ने स्यापा ही कर लै हरजीत नू ओह करके मैं ता आप कदे कदे इन्ना चित खराब होया कल ता मेरा भैणे आप ता रोटी खा के निकल गई मुड़ के सानू पता सी केड़े हिल्ला ना रोटी नहीं साडा क्यों जवाक डंडिया जाए बड्डी दी बड्डीए हुण ता तेरे ते हरख चढ़दे ने आपदी नू घर ही रख लंदे वीर हां फिर रख लेंदे फिर ए की गल होई नाले मेरी गल सुन ए कड़ा भाई दूर है एक मिनट मेरी गल सुन सारा दिन ता इत्थे हिणकदी रहणी हैगी चल बड्डे होए जवाक दी मर्जी रहेगी जिथे रहना वे रहपूगा किसे दी गलती नहीं हैगी ओदे जिथे मेरे मां प्यो आए सी ना जे उहनां नाल बग जांदी मैं फिर इहनू पता लगदा फिर कित्थों जवाक वेख ली ओही गल आ गई चाची भी फिर जे अगला होर किते बह जांदा भाई उत्थों ही जवाक ले आउंदे पूरे तक इह रोब मारदी फिर साडे नाल सरीकेबाजियां काहदियां पकाउंदी हैगी साडी मां दी तां फिर कल्ली शरीफ ते ही मारगी लोग सही कहंदे हुंदे वी अजकल किसे दा भला ना करो बोल पै कर चाची किन्ना के टाइम चुप बैठेगी मैनूं ऐ दस नहीं जे मैं बोल पैनी आ फिर आखू मेरा तां दिमाग नहीं सेट मैनूं तां ए नहीं पता मैं की बोल पैनी आ ढंग करदी आ सारी उम्र ओदी चलाकियां च लंघ गई सारी उम्र इही गल जी कहंदे जवान चलदी आ ना तां सत्ते हाल चलदे ने जे मेरी मां नरम सी तां ही तां हुण ओही गल्ला सारयां तों सुणी जांदी आ हुण तुहाडे हो सिर च गलियां कड्डूगी मेरी गल सुन ले चाची आ हाथ बन्ने तेरे मूहरे मैं तां तैनूं दसण आई थी भाई आपदा बचा कर लो असीं तां ओह तों अक्के पए आ अभी ने तां मैनूं कल परसों दा कही जांदा तूं कहा उधर जाके कहा मैं तां ओह तों डरदी नहीं आई महां जे इधरों माड़ी मोटी गल दा उहनूं पता लग गया एवें मेरी गुतनी पट्टूगी मैनूं तां इह समझ नहीं आउंदी वी किहे जी जनानी आ नाले ओहदा आपदा पुत्त ओह तों एड्डी दूर हो गया ते ओहदा किवें एड्डा जेरा पै जांदा किसी मां तों ओहदा पुत्त दूर करन लई ना ना इहनां नूं इह नहीं दीना हुंदा इहनां तां गुतनी पिछे मत हुंदी आ कहिंदी आ गी ਕਹਿੰਦੀ ਤਾਏ ਤਾਂ ਆਪਦਾ ਉੱਥੇ ਛੱਡ ਰੱਖਿਆ ਤੁਸੀਂ ਮੇਰਾ ਘਰ ਨਹੀਂ ਬਸਣ ਦਿੰਦੇ ਮੈਨੂੰ ਐਂ ਦੱਸ ਚਾਚੀ ਮੈਂ ਕੀ ਮਾੜਾ ਕਰਤਾ ਉੱਥੇ ਮੇਰੀ ਮਾਂ ਦਾ ਜੀ ਨਹੀਂ ਲੱਗਦਾ ਕੱਲੀ ਕਹਿ ਰਹੀ ਹੈ ਵੀ ਉੱਥੇ ਛੱਡ ਤਾਂ ਫੇਰ ਕੀ ਹੋ ਗਿਆ ਹੈ ਮੈਂ ਕੋਈ ਮਾੜਾ ਕਰਤਾ ਤਾਂ ਕੋਈ ਛੋਡੀ ਮਰਜ਼ੀ ਹੈ ਛੱਡ ਰੱਖਿਆ ਚਾਹੇ ਨਾ ਛੱਡ ਰੱਖਿਆ ਆ ਉਹਨੂੰ ਤਾਂ ਅੱਖੇ ਲਿਆਉਣ ਨਹੀਂ ਦਿੰਦੀ ਮੈਂ ਉਹਨੂੰ ਤਾਂ ਉੱਥੇ ਹੀ ਰਹਿ ਆ ਛੇਤੀ ਮੇਰੇ ਘਰ ਚੰਗਾ ਭੈਣੇ ਇੱਥੇ ਆ ਕੇ ਵੈਪਤਾ ਹੀ ਸਿੱਖੂਗਾ ਇਹਦੇ ਵਰਗਾ ਹੋਊਗਾ ਭੈਣੇ ਇਹੀ ਕੁਛ ਹੋ ਸਿੱਖੂਗਾ ਜਦੋਂ ਇਹ ਜਿਹਾ ਕਰਤੂਤਾ ਖੰਡਾਉਂਦੀ ਫਿਰਦੀ ਆ ਦੇਖ ਲਓ ਤਾਂ ਪਾਰਖਿਆ ਚਾਚੀ ਸੌਂ ਲੱਗੇ ਕਦੇ ਨਹੀਂ ਸੁੱਖ ਦੀ ਰੋਟੀ ਖਾਣ ਦਿੱਤੀ ਇਹਨੇ ਸਾਨੂੰ ਕਦੇ ਵੀ ਇਹਨੇ ਤਾਂ ਸਾਡੇ ਗੱਲ ਚ ਬੁਰਕੀੜਾ ਰੱਖੀ ਆ ਤੁਹਾਨੂੰ ਤਾਂ ਸੁੱਖ ਦੀ ਰੋਟੀ ਪਤਾ ਨਹੀਂ ਖਾਣ ਦਿੰਦੀ ਪਤਾ ਨਹੀਂ ਮੇਰੇ ਨਾਲ ਤਾਂ ਕਿਹੜੇ ਜਨਮ ਦਾ ਵੈਰ ਕੱਢੀ ਜਾਂਦੀ ਆ ਐਡਾ ਪਤਾ ਨਹੀਂ ਕੀ ਮਾੜਾ ਕਰਤਾ ਮੈਂ ਐਂ ਕਹਿੰਦੀ ਆ ਜਦੋਂ ਦਾ ਐਂ ਕਹਿੰਦੀ ਆ ਕਿ ਮੇਰਾ ਦਿਮਾਗ ਨਹੀਂ ਸੈੱਟ ਵੀ ਇਹ ਕੰਧ ਚ ਟਕਰਾਉਂਦੀ ਕਿਉਂ ਨਹੀਂ ਮਾਰ ਲੈਂਦੀ
चाची मैं कह दी माड़ा मोटा मेरा करा दे मैं डंगर का भी कर दिया घर का भी कर दिया ना मेरे तो गोडे दुख वकील कराने की तेन लोड ही नहीं पचास हजार रुपया लख लख ओना क्यों कर दे तू आप ही वकीलों वर गई आप ही कर ली और बथेरा तो आप भी झगड़ लू इन तू तो कड़ाई खंडे होना भी जितया नहीं जाता अके कर लो भले फिर कोटा कचहरिया च कड़ीसो दिमाग खराब सी गल मान ली मेरी तो जान नू ना स्यापा होया पियागा आ तड़के बापू 2000 रुपया मंगा जी मैं बी बहोड़ा जा लियाउणा सरों दा ਉਹ ਚੱਲ ਮੈਂ ਵੀ ਮੈਨੂੰ ਵੀ ਆਇਆ ਸੀਗਾ ਵੀ ਚੱਲ ਜੇ ਸਰੋਂ ਬੀਜੀ ਜਾਵੇ ਪਹਿਲਾਂ ਗੇਤੀ ਆ ਜੂਗੀ ਉਹ 4 ਰੁਪਏ ਬੰਦੇ ਦੇ ਹੱਥ ਚ ਆ ਜਾਂਦੇ ਨੇ ਪਰ ਮੋਹਣੇ ਬੀਬੀ ਨੂੰ ਕਹਿੰਦਾ ਬੀਬੀ ਨੇ 400 ਰੁਪਏ ਦਿੱਤਾ ਹੁਣ 400 ਦਾ ਕੀ ਮਿਲਿਆ ਹੋਰ ਫਿਰ ਘਰ ਮੇ ਕਿਵੇਂ ਆ ਵਧੀਆ ਅਭੀ ਤੂੰ ਦੱਸ ਠੀਕ ਆ ਕਿਵੇਂ ਕੱਲੀ ਬੋਲੀ ਜਾਂਦਾ ਓਏ ਉਹ ਕੱਲੀ ਕੀ ਬੋਲੀ ਜਾਂਦਾ ਯਾਰ ਤੜਕੇ ਬਾਪੂ ਨੂੰ ਨਾ ਮੈਂ ਆਖਿਆ ਜੀ ਮਹਾ ਬਾਪੂ ਮੇਰੇ ਕੋਲੇ ਜ਼ਹਿਰ ਖਾਣ ਨੂੰ ਪੈਸਾ ਨਹੀਂ ਹੈਗਾ ਮੈਨੂੰ 1000 ਰੁਪਿਆ ਦੇ ਦੇ ਮੈਂ ਸਰੋਂ ਬੀਜ ਲੂੰ ਚਲਕਣਾਲਾ ਦੋ ਕਨਾਲਾ आड़ती को तेरा नौ कटाता ਹੁਣ ਕੋਈ ਆੜਤੀ ਆ ਵੀ ਨਹੀਂ ਵੀ ਉਹ ਤੋਂ ਫੜ ਲਈਏ ਓਹੋ ਇਹ ਕਹੀ ਜੀ ਗੱਲ ਕਰਦਾ ਹੈ ਬੈਠਾ ਨਾ ਤੇਰਾ ਭਾਈ ਆੜਤ ਮੈਂ ਕਰਾਉਂਗਾ ਤੇਰੀ ਲੈ ਪੱਕੀ ਆ ਲੈ ਫਸਲ ਤੇਰੀ ਸਟਿਆ ਦਾਂਗੇ ਉੱਥੇ ਆੜਤ ਮੈਂ ਕਰਾ ਦੂੰ ਜੇ ਕੋਈ ਦਵਾਈ ਬੂਟੀ ਸਪਰੇਅ ਚੱਕਣੀ ਹੈ ਉਹ ਵੀ ਉਹਨਾਂ ਦੀ ਦੁਕਾਨ ਹੈਗੀ ਆ ਅੱਛਾ ਲਾਹੌਰ ਹੁਣ ਫਿਰ ਤਾਂ ਨਜ਼ਾਰੇ ਆ ਯਾਰ ਫਿਰ ਤਾਂ ਤੂੰ ਕਰਾ ਉਹਨਾਂ ਨੂੰ ਕਹਿ ਵੀ ਭਈ ਇਹ ਆਇਆ ਕਰੂਗਾ ਓਏ ਫਿਰ ਹੋਰ ਤੇਰੇ ਨਾਲ ਕਾਤੋਂ ਯਾਰੀ ਲਈ ਐ ਫਿਰ ਯਾਰੀ ਸਿਰੇ ਵੀ ਚਾੜਨੀ ਐ ਹੈ ਇਹ ਤਾਂ ਠੀਕ ਆ ਇਹ ਤਾਂ ਜਮਾ ਗੱਲ ਮੇਰੇ ਨਾ ਫਿੱਟ ਆ ਗਈ ਤੇਰੀ ਫਿਰ ਤੂੰ ਮੇਰੇ ਨਾਲ ਕੋਈ ਗੱਲ ਤਾਂ ਕਰਦਾ ਨਹੀਂ ਹੁੰਦਾ ਤੂੰ ਉਹ ਗੱਲ ਹੁਣ ਮੈਂ ਕੀ ਕਰਾਂ ਮੇਰੀ ਗੱਲ ਸੁਣ ਮੈਂ ਤੇਰੇ ਕਹਿਣ ਤੇ ਅੱਡ ਤਾਂ ਗਿਆ ਹੋ ਹਾਂ ਹੁਣ ਗਾਹਾਂ ਵਾਲਾ ਪ੍ਰੋਗਰਾਮ ਵੀ ਦੱਸ ਕੋਈ ਅੱਛਾ ਮੁੰਡਾ ਮੈਨੂੰ ਦੱਸਿਆ ਨਹੀਂ ਯਾਰ ਕਿਤੇ ਹਰਸ਼ ਓਏ ਮੁੰਡਾ ਕਿਹੜਾ ਹਰਦੁਆਰ ਵਗ ਗਿਆ ਯਾਰ ਆਪਦੇ ਨਾਨਕੇ ਗਿਆਗਾ ਕੱਲ ਨੂੰ ਆਜੂ ਉਹ ਫਿਰ ਤੂੰ ਮਾੜਾ ਮੋਟਾ ਪਿਆਰ ਤਾਂ ਵਧਾ ਉਹਦੇ ਨਾਲ ਜਿਹੜੀ ਤੈਨੂੰ ਕੰਮ ਦੱਸਿਆ ਸੀਗਾ ਉਹ ਉਹ ਪਿਆਰ ਵਧੂ ਕਿਵੇਂ ਪਹਿਲਾਂ ਤੂੰ ਮੈਨੂੰ ਅੱਡ ਕਰਾਤਾ ਉਹਨਾਂ ਦਾ ਦੂਰ ਕਰਾਤਾ ਹੁਣ ਕਿਵੇਂ ਪਿਆਰ ਵਧੂਗਾ ਯਾਰ ਨਾਲੇ ਜਵਾਕ ਨੂੰ ਖਾਣ ਪੀਣ ਵਾਸਤੇ ਚੀਜ਼ਾਂ ਚਾਹੀਦੀਆਂ ਤੈਨੂੰ ਮੈਂ ਦੱਸੀ ਤਾਂ ਜਾਣਾ ਵੀ ਮੇਰੇ ਕੋਲ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ ਕਰਮੇ ਜਿੰਨਾ ਕੁਛ ਮਰਜ਼ੀ ਖਵਾ ਉਹਨੂੰ ਜਿਹੜਾ ਕੁਛ ਮਰਜ਼ੀ ਖਵਾ ਆਪਣੇ ਪਿੰਡ ਵਾਲੇ ਸੇਠ ਨੂੰ ਮੈਂ ਆਪ ਹੀ ਕਹਿ ਦੂੰ ਵੀ ਜਿਹੜਾ ਕੁਛ ਕਰਮਾ ਲੈ ਕੇ ਜਾਂਦਾ ਨਾ ਜੀ ਮੈਂ ਆਪ ਹੀ ਦੇ ਕੇ ਜਾਊਂਗਾ ਪੈਸੇ ਤੂੰ ਯਾਰ ਕੰਮ ਸਿਰੇ ਤਾਂ ਚਾੜ ਐ ਨਹੀਂ ਕੰਮ ਬਣਨਾ ਹੈਗਾ ਬੈਠ ਕੇ ਚੱਲ ਠੀਕ ਆ ਫਿਰ ਤੂੰ ਉਹਨੂੰ ਕਹਿ ਦੀ ਸੇਠ ਨੂੰ ਜਿਹੜਾ ਮੈਨੂੰ ਸਮਾਨ ਦੀ ਲੋੜ ਹੋਇਆ ਕਰੂ ਮੈਂ ਲਿਆਇਆ ਕਰੂ ਤੇ ਤੇਰੇ ਨਾਂ ਤੇ ਲਿਖਾਇਆ ਕਰੂ ਮੈਂ ਉੱਥੇ ਇੱਕ ਗੱਲ ਹੋਰ ਤੂੰ ਮਾੜਾ ਮੋਟਾ ਠੰਡਾ ਰਿਹਾ ਕਰ ਇੰਨਾ ਗਰਮ ਨਾ ਹੋਇਆ ਕਰ ਉਧਰ ਆਉਣੀ ਜਾਣੀ ਤੇ ਹਜੇ ਬੰਦ ਨਹੀਂ ਕਰਨੀ ਹੈਗੀ ਓਏ ਆਉਣੀ ਜਾਣੀ ਕਾਹਨੂੰ ਬੰਦ ਕਰਦੇ ਆ ਨਾਲੇ ਠੰਡੇ ਨੂੰ ਮੈਂ ਇਹਨਾਂ ਨੂੰ ਕੀ ਕਹਿਣਾ ਕਿਤੇ ਤਾਂ ਕਰਦੇ ਆ ਯਾਰ ਆ ਮੈਨੂੰ ਸਾਰੇ ਰਾਵੜ ਦੇ ਭਾਂਡੇ ਦੇਤੇ ਮਖਾਈ ਵੀ ਮੈਨੂੰ ਸਟੀਲ ਦੇ ਤੇ ਪਿੱਤਲ ਦੇ ਦੇ ਦਿਓ ਇੰਨੀ ਗੱਲ ਪਿੱਛੇ ਲੜ ਪਾਉਂਦੇ ਮੇਰੇ ਨਾਲ ਯਾਰ ਕਈਆਂ ਜਾਂ ਗੱਲਾਂ ਲੈ ਕੇ ਪਏ ਨਾ ਕਰਮਿਆ ਮੈਂ ਤਾਂ ਤੈਨੂੰ ਪਿੱਤਲ ਦੇ ਭਾਂਡੇ ਲੈ ਕੇ ਦਵਾ ਦੂੰ जे ना करे होया तेरी परजाई हो उनू मैं कह जूंगा ताई हुई फिर पंगा पै जू यार यार फिर तू केड़ा कोई गलत काम करना है कह दे मैं कम अपने बहुत बड़ा कढ़ना मैं टपा के परे कर दे यार किसी गल नाल ही टपावांगे
यार पहले इन्ना तत्ता नहीं चली दा, तत्ता खा के मूंह फुक जांदा हुंदा। नाले मैं चलदा फिर, कोई चक्कर नहीं है, तू पैसे ले जी फड़ के। चल ठीक है, हाँ, मैं फिर करे कह जी। मैं करे कह दू, असल में तो मैं करे होऊंगा यार, मैं जानना है। चल ठीक है, चंगा। चल वधिया, जेने 600 रुपए देता, चल मेरी सरों भेजू जा। पन्नी केड़ी बेला दी किथे गई है, हुण तक नहीं मुड़ी। बोलूंगी तम मरी बच्चू परन करमा पर ना करया होया। हाय हाय, लासन तो सलदा दी पड़ी है। की गल है, तू की कमाई करके आई है, कोले कछ के आई है वीर है, कोई काम कर लिया कर, करे हजार काम खेंडिया पे, तू लोकां दे फिरी चल। अच्छा, जद मैं लोकां दे भाग जा, ओ कोले कछन हुंदा, आ सारा दिन फिरदे रहया करो, ओदो नहीं कोले कछन हुंदा। तो की गल, मैं तां सियाणी बणिया भाई, 50-60 साल दी फिरदी चंगी लगदियां, तू चंगी लगदे फिरदी कल दी जवाकड़ी। मरवा दे तू, छड्डी ना मैनू। क्यों ना छड्डा, जदों साडी रोटी खानी हराम करखी है तां है, मैंने तेरे पुत ने कहा सीगा भी जाके सारा कुछ दस के उन्होंने, ता दस के आईया, हुण तू जाई अगले दे घरे, मैं ता कोले कछ के आईया, आ तेरा कोला कछना बंद कर। नहीं, मैं तो हटा के दिखाई, जाऊंगी जरूर, मैं ता तेरा नहीं हटदी। मैं ता हटाउंदी नहीं किसे, कोई जाव चाहे ना जाव, हुण ता अगले हटाउंगे। तू किन्ने लुटिया लाई जा, तू ता लावा उतरे लाउन जानी हुंदी है, तेरे होर ता कोई कम नहीं, अगे घर दा भेत सारा जाके उन्हां दिनी है, ओ तेरे नेड़ों लगदे ने, बंड के ता मैं देऊ, चाची नहीं बंड के दिंदी। सन ता लोर नहीं तेरे बंड बड़ाइए दी, ਇਹੋ ਜਿਹੇ ਪੰਡ ਵਡਈਏ ਨਾਲ ਉਹੀ ਚੰਗੇ ਆ ਜਿਹੜੀ ਦਿਨ ਰਾਤ ਗੱਲ ਤੇ ਤਲਵਾਰ ਰੱਖੀ ਰੱਖਦੇ ਆ, ਰੋਟੀ ਵੀ ਨਹੀਂ ਝੋਸਣ ਦਿੰਦੀ। ਬਹਿ ਜਾ ਫਿਰ ਨਿਕਲ ਜਾ ਘਰੋਂ, ਮੈਂ ਤਾਂ ਠੇਕੇ ਦੇ ਉਂ ਜ਼ਮੀਨ ਦੋਵਾਂ ਨੂੰ ਵੀ ਦਿੰਦੀ, ਤੂੰ ਵੀ ਲੈੜੋ ਲੱਗਦੀ ਨਾ, ਆ ਵੀ ਲੱਗੇ ਨਾ, ਕਿਵੇਂ ਨਿਕਲ ਜੀ ਘਰੋਂ, ਤੇਰਾ ਹੀ ਰਾਹ ਚੱਲੂਗਾ। ਫਿਰ ਨਾਲ ਕਹੀ ਨਹੀਂ ਸਾਨੂੰ ਲੋੜ ਨਹੀਂ ਕਿਸੇ ਚੀਜ਼ ਦੀ, ਪਰ ਐਸ ਘਰੋਂ ਵੀ ਨਹੀਂ ਜਾਂਦੇ, ਜ਼ਮੀਨ ਦੀ ਨਹੀਂ ਲੋੜ, ਪਰ ਥੋੜੂ ਛੱਡਿਆ ਫਿਰ ਤੈਨੂੰ ਜ਼ਮੀਨ ਹੱਦ ਹੋ ਰਹੀ ਹੈ, ਜ਼ਮੀਨ ਹੱਦ ਹੋ ਰਹੀ ਲੈ, ਦੇਖ ਜਾ ਜਾ ਸਾਰੇ ਘਰ ਦੀਆਂ ਗੱਲਾਂ, ਉਹਦੇ ਨੂੰ ਹਰੇ ਕਿੰਨੇ ਸਿਆਣੀਆਂ ਨੇ, ਹੋਰਾਂ ਨਹੀਂ ਦੱਸਦੀਆਂ, ਆਪ ਹੋਰਾਂ ਹੋਰਾਂ ਕਰ ਜਾ ਕੇ ਉਧਰ ਚੋਂਦੀ ਹੈ, ਚੋਂ ਚੱਲ ਜਿੰਨੀ ਮਰਜ਼ੀ ਦੱਸੂਗੀ ਜੋ ਤੇਰੇ ਪੁੱਤ ਨੇ ਕਿਹਾ। ਠੀਕ ਆ, ਆਪਦੇ ਪੁੱਤ ਨੂੰ ਕਹੇ ਮੇਰੇ ਨਾਲ ਬਾਲਾ ਬੋਲਣ ਦੀ ਲੋੜ ਨਹੀਂ ਹੈਗੀ, ਜਿਹੜੀਆਂ ਮੈਂ ਦੋ ਰੋਟੀਆਂ ਪਕਾ ਕੇ ਦਿੰਦੀ ਆ ਮੈਂ ਉਹ ਵੀ ਨਹੀਂ ਦੇਣੀਆਂ। ਫਿਰ ਨਹੀਂ, ਮੈਂ ਗੰਦੀ ਲਾ ਦੇਣੀ ਹੈ ਰਾਤੀ, ਨਹੀਂ ਉਹਦਾ ਨੱਕ ਦੇ ਮੱਖੀ ਨਹੀਂ ਬੈਠਣ ਦਿੰਦੀ ਸੀ, ਤੇਰੇ ਵਰਗੀਆਂ ਨੇ ਮਜਬੂਰ ਕਰਤੀ, ਤੇਰੇ ਵਰਗੀਆਂ ਨੇ, ਆ ਸਾਰਾ ਭਾਂਡਾ ਭਾਂਡਾ ਜਾ ਕੇ ਉਹਨਾਂ ਦੇ ਘਰੇ, ਮੈਂ ਬੋਲਣ ਜੋ ਵੀ ਛੱਡੀ ਨਹੀਂ ਤੁਸੀਂ। ਮੇਰਾ ਭੰਨਾ ਨਾ ਭਾਂਡਾ ਹੈ, ਮੇਰਾ ਬੰਦਾ ਤਾਂ ਦਿਨ ਰਾਤ ਕਮਾਉਂਦਾ, ਤੂੰ ਵਕੀਲਾਂ ਨੂੰ ਢੋਣ ਲੱਗ ਗਈ, ਕਿਉਂ ਸਾਨੂੰ ਠੇਕਾ ਦੇ ਰੱਖੇਗਾ। ਮੈਂ ਤੇਰਾ ਮੁੰਡਾ ਵੀ ਕਿਤੇ ਲੈ ਕੇ ਆਈ ਸੀ, ਜੰਮਿਆ ਪਾਲਿਆ ਮੈਂ, ਇਹ ਬੰਦੇ ਵਾਲੀ ਹੋ ਗਈ, ਹੱਦ ਹੋ ਗਈ, ਜਮਾ ਹੀ ਲੈ ਨਾ। ਫਿਰ ਜੇ ਜਿਹਨੇ ਪਿੱਛੇ ਲੜਦੀਆਂ ਗੀ ਉਹ ਤਾਂ ਰੱਬ ਨੇ ਖੋਲਿਆ, ਹੁਣ ਤੂੰ ਕਿਉਂ ਭਗਾਈ ਕਰਦੀ ਫਿਰਦਾ, ਤਾਂ ਮੁੰਡੇ ਤੋਂ ਕੀ ਕਰਾਉਣਾ ਗਾ, ਅਗਲੇ ਦੇ ਘਰੇ ਦੱਸੇ ਬਸੇ। ਕਿਉਂ ਮੈਂ ਭਗਾਈ ਕਰਦੀ ਆਂ ਉਹਦੇ ਪੋਤੇ ਪਿੱਛੇ, ਮੈਂ ਉਹਨਾਂ ਤੋਂ ਕੋਈ ਜਿੰਦੀਆਂ ਲੈਣੀਆਂ ਨੇ, ਜਿਹੜੀ ਕੰਮ ਦੀ ਮਾਰੀ ਮੈਂ ਜਾਣੀ ਉਸੇ ਤੇ ਮੈਂ ਜਾਣੀਆਂ, ਮੈਂ ਉਹਨਾਂ ਤੋਂ ਬੜੀਆਂ ਨਹੀਂ ਲੈਣੀਆਂ। ਹੁਣ ਲੈ ਲਈ ਪੋਤਾ, ਅਗਲੇ ਨੇ ਤੈਨੂੰ ਘਰੇ ਵੀ ਨਹੀਂ ਵੜਨ ਦੇਣਾ। ਨਹੀਂ, ਮੈਨੂੰ ਹਟਾ ਕੇ ਦਿਖਾ, ਜਿੰਨਾ ਚਿਰ ਮੇਰਾ ਖੂਨ ਉਸ ਘਰ ਚ ਫਿਰਦਾ ਹੈ, ਮੈਨੂੰ ਹਟਾ ਕੇ ਦਿਖਾ। ਤੇਰਾ ਗੋਡਾ ਤੋੜਦਾ, ਹੱਦ ਹੋ ਰਹੀ ਹੈ, ਜੇ ਤੋੜਨੀ ਉਹਨੇ ਦੇਣਾ ਕੁਛ ਮੈਂ, ਹਾਂ ਹੱਦ ਹੋ ਰਹੀ ਹੈ, ਆ ਦੇਖ ਲੈ ਕਿਵੇਂ ਚਿੰਬੜਦੀ ਹੈ, ਮੈਨੂੰ ਕੁੱਤੇ ਵਾਂਗੂ ਰਸਾ ਲਾ ਰੱਖਿਆ, ਰਸਾ ਨਹੀਂ ਲਾ ਰੱਖਿਆ। ਹਾਂ ਸੁਣ ਲੈ, ਆ ਮੈਂ ਸਿਆਪਾ ਵਾਦਾ ਮੇਰੇ ਗੱਲ, ਅੱਛਾ ਉਹਨਾਂ ਨੂੰ ਦੱਸਿਆ ਦੱਸੇ, ਆ ਹੁਣ ਚਿਚੜੀ ਮੈਨੂੰ ਚਮੇੜਦੀ। ਉਹ ਬਾਈ ਆ ਬੰਨੇ ਹੱਥ ਤੁਹਾਡੇ ਦੋਆਂ ਮੂਰੇ, ਟਿਕ ਜਾ ਕਰੋ ਤੁਸੀਂ, ਟਿਕ ਜਾ ਕਰੋ, ਸਾਰਾ ਦਿਨ ਕੰਮ ਆ ਰੋਣੀ, ਟਿਕ ਜਾ ਕਰੋ, ਮਾਵਲ ਉਧਰੇ ਤੂੰ ਨਾਲ ਤੋੜ ਦੇ ਮੰਮਾ ਨੂੰ ਵੱਡੀ ਨੂੰ, ਮੇਰੇ ਸਿਰ ਤੋਂ ਦੀ ਸਿਰ ਚ ਗਲੀਆਂ ਕਰਦੀਆਂ ਮੇਰੇ, ਤੁਸੀਂ ਨੇ ਗਲੀਆਂ, ਅਸੀਂ ਇਹਦਾ ਤਾਂ ਸਿਰ ਪਾਟ ਗਿਆ, ਲੈ ਜਾ ਛੇਤੀ ਡਾਕਟਰ ਕੋਲ ਡਾਕ ਕੇ ਲਵਾ। ਮੇਰੀ ਗੱਲ ਸੁਣ ਲੈ, ਅਸੀਂ ਨਹੀਂ ਲਾਵਾਂਗੇ ਲਾਵਾ ਲੁੱਤਰੀ, ਉਹਨਾਂ ਨੂੰ ਫੇਰ ਕਿਹੜਾ ਪਤਾ ਨਹੀਂ ਲੱਗੂਗਾ, ਕਮਾਲ ਕਰਦੀ ਤੂੰ ਜਮੀ। ਮੈਂ ਤੁਸੀਂ ਤਾਂ ਨਾ ਘਰ ਦਾ ਭੇਡੀ ਲਾਂ ਕਾਟਾ ਹੋ, ਜਦੋਂ ਲੋਕਾਂ ਦੇ ਉਹਦਾ ਲੱਗੂ ਦੇਖੀ ਜਾਉ, ਭੇਤ ਨੂੰ ਇਹ ਕਿੱਡਾ ਕੁ ਭੇਤ ਹੈ, ਜਦ ਤੂੰ ਅਗਲੇ ਤੇ ਮੁਕੱਦਮਾ ਕਰੇਂਗੀ ਅਗਲੇ ਨੂੰ ਪਤਾ ਨਹੀਂ ਲੱਗੂਗਾ। ਹਾਂ ਜਦੋਂ ਲੱਗੂ ਦੇਖੀ ਜਾਉ, ਤੁਸੀਂ ਕਹ ਭਾਂਡੇ ਭਾਂ ਰੱਖੇ ਨੇ ਬਿਨਾਂ ਗੱਲ ਤੋਂ, ਥੋੜੇ ਕਿਉਂ ਅੱਗ ਲੱਗੀ ਹੋਈ ਹੈ ਖਿਆਲ ਦੀ। ਮੇਰੀ ਗੱਲ ਸੁਣਾ, ਤੂੰ ਵੀ ਚੌੜਾ ਹੋ ਕੇ ਇਹਨੂੰ 50,000 ਰੁਪਇਆ ਦੇ ਦੇ ਛੇਤੀ, ਵਕੀਲ ਦੀ ਢੂਣੀ ਮਰਵਾਉਣ ਨੂੰ, ਮੈਂ ਆਪਾਂ ਨੂੰ ਠੇਕਾ ਦੇ ਰੱਖਿਆ ਇਹਨੂੰ, ਕਮਾਉਂਦਾ ਤਾਂ ਤੂੰ ਆਗਾ, ਇਹ ਵਕੀਲਾਂ ਨੂੰ ਢੋਈ ਜਾਂਦੀ ਹੈਗੀ। ਕੀ ਗੱਲ, ਮੇਰੇ ਨੂੰ ਜ਼ਮੀਨ ਨਹੀਂ, ਮੇਰੇ ਨੂੰ ਅੱਧੀ ਜ਼ਮੀਨ ਹੈ, ਹੋਰਾਂ ਨਹੀਂ ਦਿੰਦੀ, ਜੇ ਆਉਂਦੀ ਆਈ ਜਾਈ ਵੰਡ ਕੇ ਕੁੱਤਿਆਂ ਨਾਲ ਲਕਾ ਦੂੰਗੀ। ਹਜੇ ਤਾਂ ਗੱਲ ਘੋਟਿਆ ਨੀ, ਜਿਹੜੇ ਤੁਹਾਡੇ ਲੱਛਣ ਨੇ ਜ਼ਰੂਰ ਗੱਲ ਘੋਟੂ ਤੁਹਾਡਾ, ਘੋਟੀ ਬੈਠੀ ਆ, ਮੌਜਾਂ ਸਰਦਾਰ ਹੋ ਰਿਹਾ ਕੱਲਾ ਜਾਣਾ ਸਾਰੀ ਜ਼ਮੀਨ ਚ, ਨੀ ਮੁੰਡੇ ਨੌ ਨੀ ਲੈਣ ਦਿੰਦੇ, ਨੌ ਨੀ ਤੁਹਾਡੇ ਦੀ ਸੱਪ ਲੜਾਉਂਦਾ, ਉਹ ਅਸੀਂ ਤਾਂ ਲੈਣੇ ਗਈ ਆਏ, ਅਸੀਂ ਤਾਂ ਤੇਰੇ ਆਪਦਾ ਹਿੱਸਾ ਕਰ ਲਾ ਕੇ ਜ਼ੋਰ ਲਾਣਾ ਤੂੰ, ਹੁਣ ਮੇਰੇ ਪੱਕੀ ਨਾਨ ਖਾਈ ਤੂੰ, ਤੈਨੂੰ ਹਾਂ ਤੇ ਕੀ ਗੱਲ, ਮੈਂ ਪਕਾ ਕੇ ਖਾ ਲੂੰ,
ਮੈਥੋਂ ਵਾਲੀ ਜ਼ਮੀਨ ਵੱਟ ਪਵਾਲੀ ਸਮਾਰ ਕੇ ਪਾਉ ਆਹੋ ਉਂਕੜਾ ਤੂੰ ਰਾਜੀ ਖੁਸ਼ੀ ਆ ਦੇਖ ਲਾ ਉਹਦੇ ਰਸਾ ਨਹੀਂ ਪਾਉਂਦਾ ਮੈਨੂੰ ਕਹਿੰਦਾ ਕੰਜਰ ਪੀਣ ਦਾ ਗੁਲਾਮ ਗਲਤ ਕੰਮ ਤਾਂ ਤੂੰ ਵੀ ਕਰੀ ਜਾਂਦੀ ਆ ਹਾਂ ਤੂੰ ਵੀ ਮਰੀ ਜਾਂਦੀ ਆ ਭਕਾਈ ਹਰਦੀ ਨਹੀਂ ਹੈਗੀ ਸਾਰਾ ਦਿਨ ਸਾਰਾ ਘਟੋ ਤਾਂ ਵਕੀਲ ਦੇ ਜਲਦੀ ਆਰਤੀ ਦੇ ਪੈਸੇ ਫੜ ਕੇ ਵਕੀਲ ਦੇ ਜਾਵਾਂ ਨਾ ਮੈਨੂੰ ਲੋੜ ਹੈ ਮੈਨੂੰ ਗਾਉ ਹੈ ਮੈਨੂੰ ਤਾਂ ਮੇਰੇ ਪੋਤੇ ਤੱਕ ਜ਼ਰੂਰਤ ਹੈ ਲੋੜ ਹੈਗੀ ਕਸੇ ਦੀ ਆ ਤੁਹਾਨੂੰ ਡੋਰ ਤੁਹਾਨੂੰ ਤਾਂ ਆਪਣੇ ਢਿੱਡ ਦੀ ਹੈ ਜਿੰਨਾ ਮਰਜ਼ੀ ਭਰ ਲਓ ਉਹ ਫਿਰ ਸਾਡਾ ਢਿੱਡ ਵੀ ਨਹੀਂ ਭਰਿਆ ਜਾਂਦਾ ਇਸ ਤੋਂ ਬਾਅਦ ਤੋਂ ਜਿਹੜੇ ਹਿਸਾਬ ਨਾਲ ਤੂੰ ਘਰ ਲਟਾਉਂਦੀ ਫਿਰਦੀ ਹੈ ਜਿਹੜੇ ਤੁਹਾਡੇ ਲੱਛਾਂ ਨੇ ਸਭ ਕੁਝ ਬਗਿਆ ਕੇ ਛੱਡਣਗੇ ਤੁਹਾਡੇ ਲੱਛਾਂ ਮਾਰੇ ਨੇ ਏਕਾ ਨਹੀਂ ਰੱਖਦੇ ਘਰ ਚ ਏਕਾ ਹਾਂ ਕਿਆਵਾਂਗੇ ਤੀਵੀਂ ਸਿਰ ਤੇ ਚੜਾ ਰੱਖੀ ਹੈ ਸਿਰ ਤੇ ਚੜਾ ਰੱਖੀ ਹੈ ਨਾਲੇ ਹੋਰ ਲੈਂਦੀ ਆ ਪੈਸੇ ਆੜਤੀ ਤੋਂ ਫੜੇ ਵਕੀਲ ਦੇ ਫੜੇ ਪੈਸੇ ਵਕੀਲ ਦੇ ਮੈਂ ਤਾਂ ਕੱਲ ਜਾ ਕੇ ਪੁੱਛੇ ਆੜਤੀ ਹੋ ਗਏ ਮੈਂ ਮਾਲਕ ਨਾਲ ਇਸ ਘਰ ਦੀ ਜੋ ਵੀ ਮਰਜ਼ੀ ਲੈ ਕੇ ਜਾਵਾਂ ਜੋ ਮਰਜ਼ੀ ਮੈਂ ਦੇ ਕੇ ਆਵਾਂ ਥੋੜਾ ਕੀ ਹੱਕ ਬੰਦੇ ਇਸ ਘਰ ਤੇ ਅਸੀਂ ਕਾਉਣਾ ਫਿਰ ਅਸੀਂ ਕਮਾ ਕਮਾ ਉਹ ਘਰੇ ਸਿੱਟੀ ਜਾਂਦੇ ਆ ਜਦੋਂ ਮੈਂ ਮਰ ਗਈ ਤੁਹਾਡਾ ਕਬਜ਼ਾ ਹੋ ਜਾਊਗਾ ਮੇਰੇ ਜਿਉਂਦੀ ਜਿਉਂਦੀ ਮੈਂ ਕਬਜ਼ਾ ਹੋ ਨਹੀਂ ਦਿੰਦੀ ਓਹੋ ਜਿਉਂਦੇ ਜਿਉਂਦੇ ਤੂੰ ਘਰ ਢੋ ਦੇਂਗੀ ਇਦੋਂ ਬਾਅਦ ਤੂੰ ਛੱਡ ਲਵੇਂ ਰਹੂਗਾ ਕੀ ਸਾਨੂੰ ਐ ਤਾਂ ਦੱਸ ਦੇ ਥੋੜੀ ਕਰਤੂਤ ਕੁਛ ਰਹਿ ਨਹੀਂ ਦਿੰਦੀ ਥੋੜੀ ਕਰਤੂਤ ਮਾੜੀ ਹੈ ਚਲ ਵਧੀਆ ਨਿਬੜ ਗਿਆ ਬਾਪੂ ਆਹੋ ਨਿਬੜ ਗਿਆ ਤੁਸੀਂ ਤਾਂ ਕਾਲ ਕਰਦੇ ਸੀ ਭਾਈ ਆਪਣੇ ਵਾਲੇ ਨਾਲ ਬੀਜ ਆਵਾਂਗੇ ਉਹ ਜੁੜਿਆ ਜਿਹੜਾ ਸੰਦ ਮਿਲ ਗਿਆ 10 ਮਿੰਟ ਲੱਗੇ ਉਹ ਬਾਪੂ ਗੱਲ ਤਾਂ ਐ ਜਦੋਂ ਆਪਣੇ ਕੋਲ ਸਾਰੇ ਸੰਦ ਹੈਗੇ ਨੇ ਸਾਣ ਵਾਲੀ ਗੱਲ ਹੋ ਜਾਂਦੀ ਹੈਗੀ ਓਏ ਹਰਜੀਤ ਫੇਰ ਕੀ ਲੋੜਾ ਆ ਗਿਆ ਕਿ ਥੱਕ ਗਿਆ ਟਰੈਟ 10 ਮਿੰਟਾਂ ਨਾਲ ਆਹੀ ਆ ਭਾਈ ਲੀਟਰ ਤੇਲ ਦਾ ਪਾ ਦਿਓ ਅਗਲੇ ਨੂੰ ਤੇਲ ਤਾਂ ਚਲਾ ਅਗਲਾ ਕਿਉਂ ਅਪਵਾਉ ਹੋਣਾ ਅਗਲਾ ਕਿਹੜਾ ਹੈ ਨਹੀਂ ਆਪਣੀ ਮੋਟਰ ਮੋਟਰ ਛੱਡਦੇ ਹੀ ਰਹਿੰਦੇ ਨੇ ਉਹ ਫੇਰ ਤਾਂ ਇਹ ਤਾਂ ਉਧਰ ਉਧਰ ਹੀ ਚੱਲਦਾ ਹੀ ਰਹਿੰਦਾ ਭਾਈ ਕੰਮ ਤਾਂ ਮੈਨੂੰ ਐ ਸੀ ਉਹਨਾਂ ਨੇ ਕਣਕ ਵਾਲੀ ਮਸ਼ੀਨ ਸੀ ਅਗਲਾ ਪਾਣੀ ਪੀ ਲਓ ਵੀ ਸਾਡੀ ਮਸ਼ੀਨ ਜਵੀ ਪਾਤੀ ਵਾਲੇ ਨੇ ਬੀਬੂ ਰੱਖਣਾ ਹੁੰਦਾ ਕਣਕ ਦਾ ਫੇਰ ਤੁਸੀਂ ਸਾਫ਼ ਕਰ ਦਿੰਦੇ ਬੀਜ ਕੇ ਨਾਲ ਦੀ ਨਾਲ ਚਲ ਹੁਣ ਤਾਂ ਜਿਹੜਾ ਕੁਝ ਹੋ ਗਿਆ ਬੀਜ ਗਈ ਜਵੀ ਹਾਂ ਬੀਜ ਗਈ ਮੈਂ ਚਲ ਚੰਗੀ ਗੱਲ ਆ ਸਰੋਂ ਦਾ ਛਿੱਟਾ ਵਾਵਾ ਦੇ ਦਿੰਦੇ ਪਹਿਲੀ ਵਾਰ ਜੀ ਚ ਫਿਰ ਸਰੋਂ ਹੋ ਜਾਂਦੀ ਐ ਪੱਤਰਾ ਜਾਂ ਛੇਤੀ ਹੋ ਜਾਂਦਾ ਉਹ ਤਾਂ ਲੇਟ ਹੀ ਹੋ ਗਿਆ ਆਪਾਂ ਬਾਪੂ ਪਸ਼ੂਆਂ ਦਾ ਹਰੇ ਬਿਨਾ ਬਣਦਾ ਕੁਛ ਨਹੀਂਗਾ ਓਏ ਉਦੋਂ ਤਾਂ ਭਾਈ ਸੁਕਾ ਲਿਆ ਉਹ ਮੁੜ ਕੇ ਰੌਣੀ ਕਰਕੇ ਬਹਿ ਗਏ ਆ ਧੂਏ ਨਾਲ ਛਾਂ ਜੀ ਹੋ ਗਈ ਹੁਣ ਬਤਮਸਾ ਆਇਆ ਓਏ ਬੀਜਣ ਦਾ ਟਾਈਮ ਲੱਗਦਾ ਬਾਪੂ ਕਲੇਸ਼ ਤਾਂ ਉਹ ਆਪਣੇ ਨਾਲ ਕਰਦਾ ਰਹਿੰਦਾ ਸਾਰਾ ਦਿਨ ਅੱਜ ਤੜਕੇ ਫੇਰ ਕਲੇਸ਼ ਕਰ ਲਏ ਬੀਜਣ ਤੇ ਵੀ ਕਲੇਸ਼ ਹੁੰਦਾ ਆਪਣੇ ਦਾ ਫਸਲ ਤੇ ਬਈ ਹੋਰ ਭਾਈ ਜਦੋਂ ਚਾਰ ਦਾਣੇ ਰਲਾਉਂਦੇ ਹੁੰਦੇ ਨੇ ਉਦੋਂ ਵੀ ਕਲੇਸ਼ ਜਦੋਂ ਫਸਲ ਵੱਢਣੀ ਐ ਉਦੋਂ ਵੀ ਇਹਦਾ ਕਲੇਸ਼ ਕਾਲੇ ਮੂੰਹ ਵਾਲੇ ਦਾ ਫਿਰ ਕਿੱਥੋਂ ਫਸਲ ਚੱਜਦੀ ਹੋਊਗੀ ਹੈ ਓਏ ਮੈਂ ਤਾਂ ਸਾਰਾ ਕੁਝ ਕਰਤਾ ਡੱਬੀ ਕਰਤਾ ਬਹਿਰਤਾਂ ਚੋਂ ਫੇਰ ਵੀ ਨਹੀਂ ਜਾਂਦੀ ਨਾ ਖੈੜਾ ਨਹੀਂ ਛੱਡਦਾ ਛਿੱਤਰ ਖਾਊਗਾ ਛਿੱਤਰ ਉਹਨਾਂ ਜਿਹੜੇ ਹਿੱਟਕਦਾ ਨਹੀਂ ਮੈਂ ਤੁਹਾਨੂੰ ਦੱਸਾਂ ਚਲ ਬਾਪੂ ਤੂੰ ਨਾ ਬੋਲਿਆ ਕਰ ਗੱਲ ਤੋਂ ਤੂੰ ਮਾੜਾ ਵੱਜੇਗਾ ਸਿਆਣਾ ਬਿਆਣਾ ਹੁਣ ਐ ਤਾਂ ਛਿੱਤਰ ਲਾਉਂਦੇ ਵੀ ਨਹੀਂ ਚੰਗੇ ਲੱਗਦੇ ਏਡੇ ਦੇ ਨਾ ਫਿਰ ਹੁਣ ਐ ਕਰੀ ਜਿੱਦੇ ਪੰਗਾ ਲਿਆ ਇਹਨੂੰ ਸਮਾਰ ਕੇ ਸਮਾਰਿਓ ਜਿਹੜਾ ਬੰਦਾ ਮੁੜ ਕੇ ਛੇਤੀ ਛੇਤੀ ਕੁਸਕੇ ਨਾ ਮੈਂ ਤਾਂ ਬਾਪੂ ਕੁਛ ਨਹੀਂ ਕਹਿੰਦਾ ਕਿਸ ਨੂੰ ਮੈਂ ਤਾਂ ਪਹਿਲੀ ਉਹ ਗੱਲ ਆ ਵੀ ਬਸ ਬੋਲ ਹੋਰ ਇਹ ਤਾਂ ਉਹਦੀਆਂ ਪਤਾਲ ਮਾਰੀ ਜਾਂਦਾ ਹੈਗਾ ਦੱਸ ਗੱਲੇ ਕੋਈ ਐ ਕੁੱਟਣ ਵਾਲਾ ਉਹ ਹੁਣ ਸਿਆਣਾ ਸੋਥਾ ਹੱਥ ਚੱਕਦੇ ਚੰਗੇ ਲੱਗੋਗੇ ਚੱਲ ਕੋਈ ਨਾ ਉਹ ਤਾਂ ਹੈਗਾ ਮਾੜਾ ਸਾਰਿਆਂ ਨੇ ਤਾਂ ਨਹੀਂ ਮਾੜੇ ਹੋਣਾ ਸਿਆਣਾ ਕਿਹੜੇ ਪਸ਼ੂ ਡੰਗਰ ਆ ਸਿਰੇ ਦਾ ਡੰਗਰ ਮਾਂ ਪਿਓ ਨੂੰ ਐ ਬੋਲਦੇ ਹੁੰਦੇ ਨੇ ਕਿਵੇਂ ਬੋਲਦਾ ਉਹ ਫਿਰ ਇਹਦਾ ਹੈ ਕੀ ਅਕਲ ਇੰਨੀ ਅਕਲ ਹੋਵੇ ਆਡੀ ਨਾ ਹੁੰਦਾ ਆਹੋ ਹੋਰ ਹੁਣ ਤੂੰ ਆ ਕੇ ਕਲੇਸ਼ ਕਰਨ ਲੱਗ ਜਾ ਧੜਕੇ ਉਹ ਕਰਕੇ ਗਿਆ ਘਰੇ ਰਾਜ ਨਹੀਂ ਆਇਆ ਪੁੱਤ ਉਹਦਾ ਮਾਂ ਖੁੰਝੇ ਗੁੱਡਣ ਲੱਗਿਆ ਸੀ ਆਉਂਦਾ ਮੰਗ ਨਹੀਂ ਆਉਂਦਾ ਹੋਊਗਾ ਚੱਲ ਐਂ ਕਰ ਫਿਰ ਤੂੰ ਨਾ ਨੂੰ ਲੈ ਪੁੱਤ ਜਾ ਪਾਣੀ ਦਿੱਤਾ ਹਾਂ ਹੋਇਆ ਪਿਆ ਪਾਣੀ ਦਿੱਤਾ ਚੱਲ ਚੰਗਾ ਬਾਪੂ ਤੂੰ ਵੀ ਨਾ ਲਈ ਫਿਰ ਮੈਂ ਨਹੀਂ ਨਹਾਉਂਦਾ ਭਾਈ ਅੱਜ ਮੈਂ ਤਾਂ ਕੱਲ ਨੂੰ ਨਹਾਉਂਗਾ ਹੋਰ ਚੱਲ ਕੋਈ ਨਾ ਹੋਰ ਅੱਜ ਬੀਜ ਬਜਾਰੇ ਦਾ ਨਿਬੜਿਆ ਫਿਰ ਵੇ ਮੈਂ ਤਾਂ ਤੈਨੂੰ ਆਇਆ ਦੀ ਸੀ ਮੈਂ ਤਾਂ ਮੁੰਡਾ ਟਾਲੇ ਹੈਗਾ ਉਹ ਦੇਖ ਲੈ ਵੱਡੜ ਕੀ ਕੁਛ ਕਰਦੀ ਫਿਰਦੀ ਹੈਗੀ ਕੋਟਾਂ ਕਚਹਿਰੀਆਂ ਚ ਫਿਰਦੀ ਹੈ ਕਿ ਕੇਸ ਕਰਦੀ ਮੁੰਡੇ ਦੀ ਖਾਤਰ ਰੱਖੇ ਮੈਂ ਮੁੰਡਾ ਲਊ ਹਾਂ ਉਹ ਫਿਰ ਦੇ ਦਿੰਦੇ ਆ ਮੁੰਡਾ ਸੁੱਖ ਨਾਲ ਚਾਰ ਪੰਜ ਜਾਣੀਓ ਦੇੜ ਦਵਾਂ ਉਰੀ ਮੰਗੂ ਫੜ ਕੇ ਆਈ ਨਹੀਂ ਆਪ ਤਾਂ ਬਹੂ ਦੱਸ ਕੇ ਗਈ ਸੀਗੀ ਨਾਲੇ ਆਦੀ ਮੇਰਾ ਤਾਂ ਨਾਮ ਨਾ ਲਿਓ ਮੈਂ ਤੁਹਾਨੂੰ ਦੱਸ ਜਾਨੀ ਆ ਉਹ ਮੇਰੀ ਗੱਲ ਸੁਣ ਮੈਂ ਜੇ ਉਹਨੂੰ ਕਦੇ ਕੁਛ ਕਿਹਾ ਮੈਂ ਵੀ ਬੰਦਾ ਤੈਨੂੰ ਪਤਾ ਬੁਰਾ ਵਜਦਾ ਤੁਹਾਡੇ ਤੇ ਕੋਈ ਅਕਸ ਨਹੀਂ ਆਉਣਾ ਇੱਕ ਦਿਨ ਝੱਟ ਲਾ ਦੂ ਜੇ ਮੁੜ ਕੇ ਚੁਸਕੀ ਤਾਂ ਮੈਨੂੰ ਕਹਿ ਦਿਓ ਕੀ ਕਰਾਂ ਮੈਂ ਨਾ ਐ ਸੋਚਦੀ ਆ ਸਿਆਣੀ ਸੋਥੀ ਐ ਕਾਹਨੂੰ ਉਹਦੀ ਲਾਹ ਪਾ ਕਰਨੀ ਐ ਪਰ ਉਹ ਕਰਾ ਕੇ ਹਟੂ ਆਪਦੇ ਵਾਲੀ ਹਟਦੀ ਨੀ ਹਰਕਤਾਂ ਤੋਂ ਬਾਅਦ ਮੈਨੂੰ ਤਾਂ ਹੁਣ ਆਹੀ ਕੰਮ ਰਹਿ ਗਏ ਦੋ ਇੱਕ ਤਾਂ ਮੈਥੋਂ ਸੀਬੋ ਨਹੀਂ ਲੋਟ ਆਉਂਦੀ ਇੱਕੋ ਇਹੋ ਜਿਹਾ ਕਰਮਾ ਹੋ ਰਿਹਾ ਮੈਨੂੰ ਤਾਂ ਇਹੀ ਤਪਾਈ ਜਾਂਦੇ ਨੇ ਲੈ ਹੋਰ ਦਾ ਸਮਾਂ ਕੀ ਕਰੂੰਗਾ ਹੁਣ ਨਪੁੱਤਿਆਂ ਨੂੰ ਕਰਕੇ ਨਾ ਗਲ ਜੋਟਾ ਦੋਨਾਂ ਨੂੰ ਕਹਿਣਾ ਤਾਂ ਨਹੀਂ ਸੀ ਨਹਿਰ 'ਚ ਠੋਕ ਲੈ ਜਾਣਿਆ ਇਹਨੂੰ ਆਪਾਂ ਨਾ ਹੁਣ ਤਾਂ ਹੋ ਗਿਆ ਕਬੇਲਾ ਕੱਲ ਨੂੰ ਦਿਨੇ ਜਾ ਕੇ ਘਰੇ ਜਾ ਕੇ ਸਮਝਾ ਕੇ ਆਈਏ ਵੀ ਤੂੰ ਚਾਹੁੰਦੀ ਕੀ ਆ ਸਿੱਧੀ ਹੋ ਕੇ ਦੱਸ ਜਾਂ ਵਗ ਜਾ ਜਿੱਥੇ ਜਾਣਾ ਫਿਰ ਕੀ ਕਰ ਦੂਗੀ ਉਹੀ ਤਾਂ ਗੱਲ ਮੈਨੂੰ ਤਾਂ ਜਦੋਂ ਸੋਚ ਜੀ ਲੱਗੀ ਪਈ ਉਦੋਂ ਦੀ ਮਹਲਾ ਹੁਣ ਕੋਰਟ ਕਚਹਿਰੀਆਂ 'ਚ ਵੀ ਕਢੀਸਣ ਦੀ ਕੱਚ ਰਹਿੰਦੀ ਸੀ ਉਹ ਵੀ ਕਢੀਸ ਲੈ ਹੁਣ ਸਾਨੂੰ ਤੂੰ ਹਾਂ ਬੇਸ਼ਰਮ ਫਿਰ ਕੋਰਟ ਕਚਹਿਰੀ ਵਾਲੇ ਆਏ ਮਾਂ ਤੋਂ ਜਵਾਕ ਕਿਵੇਂ ਅੱਡ ਕਰਦੇ
ਘਰ ਲੱਗਣ ਨੂੰ ਤਾਂ ਥਾਂ ਹੋ ਹੀ ਗਿਆ, ਤੈਨੂੰ ਕਹੀ ਨੀ ਹੁੰਦੀ ਆ, ਬਾਲਾ ਸਮਾਜ ਸੇਵੀ ਨਾ ਬਣਿਆ ਕਰ, ਆਪਦੇ ਘਰ ਬਾਰੇ ਸੋਚ ਲਿਆ ਕਰ, ਦੂਜੇ ਘਰ ਨੂੰ ਨਾ ਦੇਖਿਆ ਕਰ। ਤੂੰ ਕਹਿੰਦਾ ਨਾ ਸਾਰਿਆਂ ਦਾ ਭਲਾ ਹੀ ਹੋਵੇ, ਐ ਕਰਦਿਆਂ ਇਹਨਾਂ ਦਾ ਵੀ ਸਮਾਰਦਿਆਂ ਇਹਨਾਂ ਦਾ ਵੀ ਸਮਾਰਦਿਆਂ। ਕੋਈ ਆਪਦਿਆਂ ਦਾ ਦੁੱਖ ਨੀ ਦੇਖਿਆ ਜਾਂਦਾ ਹੁੰਦਾ। ਉਦੋਂ ਆ ਕੇ ਜਦੋਂ ਜਮਾ ਘਰੇ ਆ ਗਈ, ਆ ਕੇ ਕਹਿਣ ਲੱਗ ਗਈ, ਬਿਰਕਣ ਲੱਗ ਗਈ, ਫਿਰ ਦੱਸ ਉਹਨੂੰ ਮੈਂ ਧੱਕਾ ਦੇ ਦਿੰਦਾ। ਅੱਜ ਕੱਲ ਤਾਂ ਬਸ ਨਾ ਚੁੱਪ ਕਰਕੇ ਇੱਕ ਵਾਰ ਮਾੜਾ ਵੱਜਦਾ, ਬੰਦਾ ਧੱਕਾ ਹੀ ਦੇ ਦੇ ਬਸ। ਬਿੰਦਕ ਦਾ ਦੁੱਖ ਹੈ, ਬਿੰਦਕ ਦਾ ਹਰਖ ਹੈ, ਆ ਰੋਜ਼ ਮਰਨ ਨਾਲੋਂ ਤਾਂ ਹੁਣ ਕਦੇ ਕੁਛ ਸੁਣਦੇ ਆ। ਕਰੇ ਵਕੀਲਾਂ ਨਾਲ ਕੋਲੇ ਕੇਸ ਕਰਨ ਨਾ ਜਵਾਕ ਉਧਰ ਉਧਰ ਜਾਂਦੇ ਹੁਣ, ਅੱਜ ਹੁਣ ਤਾਂ ਦੁਨੀਆ ਕੁਛ ਦੀ ਕੁਛ ਕਰ ਦਿੰਦੀ। ਐ ਮਾਂ ਤੋਂ ਬੱਚੇ ਨੂੰ ਵੱਖ ਕੋਈ ਨੀ ਕਰ ਸਕਦਾ। ਓਹੋ, ਉਹ ਤਾਂ ਬਾਹਰ ਦੀ ਤੈਨੂੰ ਦੱਸੀ ਜਾਂਦੇ, ਮਗਰੋਂ ਦੇਖੀ ਜਾਊ, ਘਰ ਲੱਗਣ ਨੂੰ ਤਾਂ ਥਾਂ ਹੋ ਗਿਆ, ਨਾ ਕਿ ਪੁੱਤ ਦੇ ਲੇਖੇ ਨਾ ਧੀ ਦੇ ਲੇਖੇ। ਸਿਆਣੇ ਆਦੇ ਹੁੰਦੇ ਨੇ ਕੋਰਟ ਕਚਹਿਰੀਆਂ ਦਾ ਚੱਕਰ ਨਾ ਪਵੇ, ਡਾਕਟਰਾਂ ਦਾ ਚੱਕਰ ਨਾ ਪਵੇ, ਬੰਦਾ ਊਨੀ ਮਾਰ ਖਾਂਦਾ ਹੁੰਦਾ। ਇਹ ਜੈ ਵੱਡੀ ਜਾਣ ਜਾਣ ਪਾਉਂਦੀ ਹੈ ਨਾਲ ਆਪਾਂ ਨੂੰ ਬੰਚ ਚੜਾ। ਇਹਦਾ ਜਿਹੜਾ ਦਿਮਾਗ ਨਾ ਉਹਦੇ ਵਿੱਚ ਫੂਸਾ ਭਰਿਆ ਹੋਇਆ, ਇਹਨੂੰ ਅਕਲ ਨੀ ਹੈਗੀ ਇਹਨਾਂ ਗੱਲਾਂ ਦੀ। ਕੋਈ ਗੱਲ ਨੀ, ਘਰੇ ਜਾ ਕੇ ਕਿਰਾਂ ਤਾਂ ਬੰਦੇ ਵਾਂਗੂ ਸਮਝਾਵਾਂਗੇ, ਉਦੋਂ ਬਾਅਦ ਦੇਖਾਂਗੇ ਫਿਰ ਕੀ ਬਣਦਾ। ਚੱਲ ਫਿਰ ਕੱਲ ਨੂੰ ਦੇਖਦੇ ਆਂਗੇ, ਰਾਜ ਨੂੰ ਤਾਂ ਦੱਸੀ ਨਾ ਹਲੇ, ਮੈਂ ਤਾਂ ਕਹਿੰਦੀ ਹਾਂ। ਪਰਦੇ ਪੁਰਦੇ ਤਾਂ ਰਹਿੰਦੇ ਨੀ, ਤਾਂ ਫਿਰ ਉਹ ਕਸਮਾਨ ਤਾਂ ਪਊਗੀ ਇੱਕ ਦਿਨ ਜਦੋਂ ਬਹਿਬਤਾ ਕਰਦੀ ਹੈ। ਵੀ ਉਹ ਜਵਾਕ ਨਾ ਸੋਚ ਕਰਨ ਲੱਗ ਜਾਂਦਾ ਚਾਰ ਚਪੇਰੇ ਦੀ, ਤਾਂ ਹੀ ਮੈਂ ਤਾਂ ਕਿਸੇ ਨੂੰ ਨੀ ਦੱਸਿਆ ਹੈਗਾ। ਮੈਂ ਤਾਂ ਉਹਨਾਂ ਨੂੰ ਵੀ ਕਿਹਾ, ਮੈਂ ਕੁੜੇ ਦੱਸਿਓ ਨਾ ਮੁੰਡਿਆਂ ਕੋਲੇ। ਕੁੜੇ ਵੀਰ ਨਿਕਲਿਆ ਹੁਣ ਬਾਹਰ, ਕਿੰਨੀ ਕੁ ਤਿਆਰੀ ਹੈ, ਜਾਣਾ ਤਾਂ ਘੰਟਾ ਘੜੀ ਹੈ, ਤਾਂ ਕਿਹੜਾ ਵੇਲਾ ਕਰਤਾ, ਉੱਤੋਂ ਕੰਮ ਦੀ ਰੁੱਤ ਹੈ। ਬੇ ਹਰਜੀਤ ਬਗ ਜੋ ਪੁੱਤ, ਕੰਮ ਦੀ ਰੁੱਤ ਹੈ, ਮੁੜੇ ਆਉਂਗੇ ਛੇਤੀ। ਬਸ ਜਾਂਦੇ ਹੈਗੇ। ਹੋਰ ਮਾਂ, ਕੱਲ ਦਾ ਜਵਾਕ ਬਾਲਾ ਹੀ ਰਿਹਾੜ ਕਰੀ ਆਂਦਾ, ਵਾਹ ਜਮੀ ਨਹੀਂ ਟਿਕਿਆ। ਮੈਂ ਤੈਨੂੰ ਮੈਂ ਕਿਹਾ ਸੀ ਵੀ ਨਾ ਤੋਰ ਭਾਈ, ਉਹ ਤਾਂ ਮੈਂ ਥੁੱਤੋਂ ਦੀ ਹੋ ਕੇ ਤੋਰਤਾ, ਪੁੱਛਿਆ ਵੀ ਨਹੀਂ। ਮੇਰੀ ਜਾਨ ਨੂੰ ਸਿਆਪਾ ਕਰਕੇ ਰੱਖ ਦਿੰਦੇ ਹੋ ਤੁਸੀਂ। ਸਿਆਪਾ ਭਾਈ ਮੈਂ ਨਹੀਂ ਕਰਿਆ ਹੈਗਾ, ਆ ਤੇਰੀ ਤੀਵੀਂ ਨੇ ਕਰਿਆ, ਇਹਨੂੰ ਪੁੱਛ। ਕੀ ਲੋੜ ਸੀ ਫਿਰ ਜਦੋਂ ਜੀਣ ਲਾਉਂਦਾ, ਸਭ ਨੂੰ ਪਤਾ ਵੀ ਨਹੀਂ ਜੀ ਲਾਉਂਦਾ, ਫਿਰ ਆਪਣਾ ਜੀ ਲੱਗੇ। ਚੱਲ ਕੋਈ ਗੱਲ ਨੀ, ਫਿਰ ਕਾਹਨੂੰ ਕਚੀਰਾ ਪਾਇਆ, ਹੁਣ ਬਾਗਿਆ ਚੱਲ ਜਵਾਕ ਜਾ ਕੇ ਲੈ ਆਓ। ਐਵੇਂ ਫਿਰ ਇੱਥੇ ਪੈਰ ਜੇ ਮਾਰੀ ਜਾਂਦੇ ਹੋ, 10 ਵੱਜਣ ਵਾਲੇ ਹੋ ਗਏ, ਉਹੀ ਗੱਲ ਜੇ ਕੋਈ ਬਿਮਾਰ ਠਮਾਰ ਹੋ ਗਿਆ ਫਿਰ ਔਖਾ ਹੋ ਜਾਊਗਾ। ਕਈ ਵਾਰ ਜਵਾਕ ਰੋ ਰੋ ਬੁਖਾਰ ਚੜਾ ਲੂ। ਜਵਾਕ ਤਾਂ ਮੈਂ ਕੱਲਾ ਵੀ ਜਾ ਕੇ ਲਿਆਉਂਦਾ, ਇਹ ਕਹਿੰਦੀ ਗਾਹਾਂ ਆਉਂਦੇ ਹੋ ਬਿਆਰ ਆਉਣਾ ਗਾ ਰੋਲਾ, ਤਾਂ ਉਸ ਗੱਲ ਦਾ ਹੈਗਾ, ਉਹੀ ਫਿਰ ਟਾਈਮ ਬਰਬਾਦ ਹੋਈ ਜਾਊ। ਚੱਲ ਕੋਈ ਨੀ, ਫਿਰ ਹੁਣ ਜਾਏਗਾ ਉਹ, ਮਿਲਿਆ ਉਹ ਆਪਦੀ ਮਾਂ ਨੂੰ। ਐਡੀ ਕੀ ਗੱਲ ਆ, ਤੁਸੀਂ ਤਾਂ ਪਤਾ ਨੀ ਕਿਉਂ ਹੀ ਟੱਪਣ ਲੱਗ ਜਾਂਦੇ ਹੋ। 5 ਮਿੰਟ ਦੀ ਗੱਲ ਆ, ਫਿਰ ਕਿੱਡੀ ਕੀ ਗੱਲ ਆ। ਚੱਲ ਕੋਈ ਨਾ, ਮਾਂ ਜੀ ਲੇਟ ਹੋ ਗਿਆ, ਘੰਟੇ 2 ਘੰਟੇ ਬਿਆਰ ਚ ਜਾ ਕੇ ਆਉਣਾ ਮਾੜਾ ਜਾ। ਬਾਲਾ ਲੇਟ ਨਾ ਹੋਇਓ ਭਾਈ, ਛੇਤੀ ਆ ਜਾਓ, ਘਰੇ ਵੀ ਕੰਮ ਧੰਦੇ ਨੇਗੇ। ਕੁਛ ਨਹੀਂ ਬੀਬੀ, ਜਵਾਕ ਦਾ ਹੀ ਸਮਾਨ ਲੈਣਾ ਸੀਗਾ, ਮੈਨੂੰ ਸੀਗਾ ਚੱਲ ਆਂਦੇ ਹੋਏ ਜਵਾਕ ਦਾ ਸਮਾਨ। ਚੱਲ ਕੋਈ ਨਹੀਂ, ਉਹ ਤਾਂ ਲੈ ਆਈ, ਤੈਨੂੰ ਪਤਾ ਗਾ ਆ ਹੁਣ ਅੱਗਾ ਅੱਗਾ ਲੱਗੀ ਜਾਂਦੀਆਂ ਨੇ ਪਰਾਂਗਾ ਨੂੰ, ਮੁੜ ਕੇ ਔਖਾ ਹੋ ਜਾਂਦਾ। ਕਾਹਤੇ ਜਾਏਂਗੇ ਬਈ, ਗੱਡੀ ਤੇ ਕਾ ਮੋਟਰਸਾਈਕਲ ਤੇ ਉੱਠਣ ਤੇ ਵਗ ਜਾਗੇ। ਗੱਡੀ ਲੈ ਜਾ, ਗੱਡੀ ਤੇ ਕਾਹਦੇ ਵਾਸਤੇ ਇੰਨਾ ਖਰਚਾ ਕਰਨਾਗਾ, ਨਾਲੇ ਮੇਰੀ ਗੱਲ ਸੁਣ, ਮੈਂ 2000 ਰੁਪਇਆ ਲੈ ਜਾ। ਲੈ ਜਾ ਭਾਈ, ਕੋਈ ਨਾ ਉਹ ਰਾਜ ਤੋਂ ਫੜ ਲੈ। ਚਲ ਹਾਂ ਕਰ ਲੈਣਾ, ਬਾਈ ਬਾਹਰ ਹੀ ਹੈਗਾ। ਹਾਂ ਇੱਥੇ, ਫਿਰ ਦੱਸਿਆ ਬਾਹਰਲੇ ਵਿਹੜੇ ਚ। ਚਲੋ ਫਿਰ ਆਪਾਂ ਚੱਲਦੇ ਆ, ਲੇਟ ਚੱਲ। ਠੀਕ ਆ, ਚੰਗਾ ਮਾਂ, ਹਿੰਮਤ ਨਾ ਮੁੜ ਆਇਓ ਪੁੱਤ, ਛੇ ਹੀ ਦੇਣੇ। ਆ ਜਾ ਬਹਿ ਜਾ ਮਾਂ, ਪੈ ਤਾਂ ਮੈਂ ਜਾਨੀ ਆ, ਮੇਰੀ ਗੱਲ ਸੁਣ। ਤੇ ਤਾਈ ਕੀ ਘਰੇ ਜਾਂਦੇ ਨੇ ਤੁਸੀਂ? ਜਾਵਾਂਗੇ ਮਾਂ, ਇਹਨਾਂ ਨੂੰ ਟਲ ਜਾਣ ਦੇ। ਸਹੀ ਗੱਲ ਆ, ਉਹਨਾਂ ਨੇ ਕਹਿ ਕੇ ਆਓ, ਐਵੇਂ ਉਹ ਕੋਈ ਵਖੇੜਾ ਖੜਾ ਕਰੂ। ਆਪਾਂ ਐਡਾ ਕੀ ਮਾੜਾ ਕੀਤਾ ਗਾ ਜਿਹੜਾ ਆਪਾਂ ਨੂੰ ਕੋਟਾ ਕਚਹਿਰੀਆਂ ਦੇ ਵਿੱਚ ਕੜੀਸਦੀ ਹੈਗੀ, ਹੁਣ ਕਿ ਸਿਆਪਾ ਤਾਂ ਹੋਊਗਾ ਖੜਾ। ਉਹੀ ਗੱਲ ਹੈਗਾ, ਕੋਟ ਕਚਹਿਰੀਆਂ ਦੇ ਵਿੱਚ ਫਿਰ ਤੁਰੇ ਫਿਰੋ, ਕਿਹੜਾ ਕੱਲੀ ਅੰਜਲੀ ਨੂੰ ਭੇਜ ਦਿਆ ਕਰੋਗੇ? ਐ ਪੁੱਤ, ਨਾਲੇ ਤਾਂ ਤੂੰ ਕੰਮ ਧੰਦਾ ਨਮੇੜ ਲਾ, ਨਾਲੇ ਤੇਰਾ ਬਾਪੂ ਆਜੂ। ਮੈਂ ਆਖਿਆ ਬਾਲਾ ਕਚੀਰਾ ਕਾਹਨੂੰ ਪਾਉਣਾ, ਜਵਾਕ ਆਖਣਗੇ ਸਾਡੀ ਮਾਂ ਤੜਕੀ ਇੱਕੋ ਹੀ ਗੱਲ ਲੈ ਕੇ ਬਹਿ ਜਾਂਦੀ ਹੈ। ਚੱਲ ਮੈਂ ਇਹਨਾਂ ਨੂੰ ਟਲ ਜਾਣ ਦੇ, ਉਹਨਾਂ ਨੂੰ ਤਾਂ ਦੱਸਿਆ ਨੀ, ਨਾ ਤਾਂ ਹਰਜੀਤ ਨੂੰ ਦੱਸਿਆ, ਨਾ ਮੈਂ ਰਾਜ ਨੂੰ ਦੱਸਿਆ। ਕੋਈ ਗੱਲ ਨੀ ਮਾਂ, ਫਿਰ ਰਾਜ ਨੂੰ ਤਾਂ ਆਪਾਂ ਦੱਸ ਦਿੰਦੇ ਹਾਂ। ਚੱਲ ਹਰਜੀਤ ਦਾ ਤਾਂ ਮੰਨਦੇ ਹਾਂ ਵੀ ਚੱਲ ਆਪਾਂ ਨਾ ਦੱਸੀਏ ਜਵਾਕ ਨੂੰ, ਐਵੇਂ ਬੋਝ ਪੈ ਜਾਊਗਾ ਦਿਮਾਗ ਤੇ। ਰਾਜ ਨੂੰ ਤਾਂ ਆਪਾਂ ਦੱਸ ਦਈਏ, ਐਵੇਂ ਜਿਹੜਾ ਬੰਦਾ ਕਹਿੰਦੇ ਉਹ ਤਾਂ ਦੁਸ਼ਮਣੀ ਨਿਭਾਉਂਦਾ, ਉਹਦਾ ਕੀ ਪਤਾ ਕੀ ਕਰਦੇ। ਪਤਾ ਤਾਂ ਪੁੱਤ ਕੋਈ ਨੀ, ਚੱਲ ਰਾਜ ਨੂੰ ਤਾਂ ਦੱਸ ਦਿੰਦੇ, ਜੇ ਤੂੰ ਕਹੀ ਨੀ ਆ ਤਾਂ ਉਹ ਤਾਂ ਸਿਆਣਾ ਹੈਗਾ, ਉਹ ਤਾਂ ਨਹੀਂ ਸਮਝਣਾ ਗੱਲ ਕਰਦਾ ਹੈਗਾ, ਇਹ ਭੜਕ ਜਾਂਦੇ ਨੇ ਫਿਰ। ਉਹੀ ਤਾਂ ਗੱਲ ਹੈ, ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ, ਸੌਣ ਲੱਗੇ ਸਾਰੀ ਰਾਤ ਨੀਂਦ ਨਹੀਂ ਆਈ ਹੈਗੀ ਵੀ ਲੈ ਹੁਣ ਇਹ ਨਵਾਂ ਸਿਆਪਾ ਖੜਾ ਕਰੂਗੀ, ਜੇ ਉਹ ਵਕੀਲ ਕਰਾਉਂਦੀ ਫਿਰ ਜੇ ਕੱਲ ਨੂੰ ਲੱਗਣ ਨੂੰ ਤਾਂ ਥਾਂ ਆਪਣੇ ਵੀ ਹੋ ਗਿਆ। ਹੋ ਹੀ ਗਿਆ ਪੁੱਤ, ਹੁਣ ਹੋਰ ਕੀ ਹੈਗਾ, ਉਹੀ ਗੱਲ ਫਿਰਦੇ ਤਾਂ ਪੂਹੀ ਪੂਹੀ ਨੂੰ ਆ ਹੈ। ਆ ਚੁੱਲ੍ਹਿਆਂ ਦੇ ਖਰਚੇ ਤਾਂ ਲੋਟ ਨਹੀਂ ਆਉਂਦੇ, ਤੇ ਉੱਥੇ ਕੋਟਾਂ ਕਚਹਿਰੀਆਂ 'ਚ ਵਕੀਲਾਂ ਦੇ ਢਿੱਡ ਕਿੱਥੋਂ ਭਰੀ ਜਾਵਾਂਗੇ। ਸਹੀ ਗੱਲ, ਆਹੀ ਗਲਤੀ ਹੋ ਗਈ ਆਪਾਂ ਤਾਂ ਬਸ ਜਿਹੜੀ ਫਿਰ ਪੱਗ ਲੈ ਲਈ। ਹਾਂ ਬਸ ਇਹ ਬਹੁਤ ਵੱਡੀ ਗਲਤੀ ਹੋ ਗਈ, ਮੈਂ ਤਾਂ ਕਿਹਾ ਸੀ ਤੇਰੇ ਪਿਓ ਨੂੰ, ਨਹੀਂ ਮੰਨਿਆ ਮੇਰੀ ਉਦੋਂ ਗੱਲ, ਨਾ ਆਪਦੇ ਨੇ ਨਾ ਬਾਈ ਦੇ ਮੂੰਹ ਨੂੰ। ਆ ਲੈ ਬਾਈ ਤਾਂ ਹੁਣ ਵਿੱਚ ਵਿਚਾਲੇ ਆਉਂਦਾ ਹੀ ਨਹੀਂ। ਮਾਂ ਮੇਰੀ ਗੱਲ ਸੁਣ, ਚੱਲ ਜਵਾਕ ਤਾਂ ਉਹਨਾਂ ਦਾ ਉਹਨਾਂ ਦੇ,
ਫਿਰ ਇੱਥੇ ਕਿਹੜਾ ਦੂਰ ਹੈਗਾ ਉਹਨੂੰ, ਉਧਰ ਹੋਇਆ ਕਿ ਇਧਰ ਹੋਇਆ, ਕੀ ਪਤਾ ਕੀ ਭਾਵੇਂ ਕੀ ਤਾਈ ਦੇ ਦਿਮਾਗ 'ਚ ਚੱਲਦਾ ਹਨਾ। ਖਬਰ ਆ ਪੁੱਤ ਕੋਈ ਭੇਤ ਹੀ ਨਹੀਂ ਹੈਗਾ ਬਈ, ਇਹਦੀ ਤਾਂ ਕੁੰਡੀਆਂ ਕੀ ਚੱਲਦੀਆਂ ਦਿਮਾਗ 'ਚ, ਕੀ ਨਾ ਆਪਾਂ ਨੂੰ ਤਾਂ ਉਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਜਿਹੜੀਆਂ ਇਹ ਸੋਚਦੀ ਹੈ। ਸਹੀ ਗੱਲ ਆ, ਆਪਾਂ ਤਾਂ ਇਹ ਸੋਚਦੇ ਹਾਂ ਵੀ ਚੱਲ ਅੱਜ ਦਾ ਦਿਨ ਸੌਖਾ ਲੰਘ ਗਿਆ, ਬਾਹਲੀ ਸੋਹਣੀ ਗੱਲ ਆ, ਪਰਮਾਤਮਾ ਦਾ ਸ਼ੁਕਰ ਕਰਦੇ ਹਾਂ। ਇਹ ਤਾਂ ਗਾਹਾਂ ਦੀਆਂ ਗਾਹਾਂ, ਵੇੜਾਂ ਪਰ ਸੇੜਾਂ, ਪੀੜ੍ਹੀਆਂ ਤੱਕ ਸੋਚਦੀ ਹੈ ਵੀਰ। ਸਹੀ ਗੱਲ ਆ, ਉਹੀ ਤਾਂ ਗੱਲ ਆ, ਆਪਣੀ ਤਾਂ ਜਿੱਥੇ ਸੋਚ ਖਤਮ ਹੁੰਦੀ ਹੈ ਉੱਥੋਂ ਇਹਦੀ ਸ਼ੁਰੂ ਹੁੰਦੀ ਹੈ। ਬੜਾ ਵੱਡਾ ਦਿਮਾਗ ਲਾਤਾ ਰੱਬ ਨੇ ਇਹਦੇ। ਸਹੀ ਗੱਲ ਹੈ, ਚੱਲ ਕੋਈ ਨੀ, ਹੁਣ ਫਿਰ ਦੇਖੀ ਜਾਊ। ਆਪਾਂ ਨੂੰ ਕਹਿ ਦੇ, ਕਹਿ ਕੇ ਰਾਂ ਜਾ ਕੇ ਕਹਿਆ ਕੀ ਹੈ ਸੋਧਰ ਜੇ, ਐਵੇਂ ਨਾ ਕੋਈ ਨਾ ਪਤਾ ਫਿਰ ਮੁੜ ਕੇ ਔਖਾ ਹੋ ਜਾਊਗਾ। ਜਾਵਾਂਗੇ ਕੋਈ ਨਾ, ਤੇਰੇ ਬਾਪੂ ਨੂੰ ਆ ਜਾਣ ਦੇ, ਉਹ ਖਾਨੀ ਖੇਤ ਕਨੀ ਵਗ ਗਿਆ, ਖਾਨੀ ਇੱਧਰ ਪਿੰਡ ਕਨੀ ਵਗ ਗਿਆ। ਇੱਕ ਗੱਲ ਹੋਰ ਆ ਮਾਂ, ਕੱਲ ਦੀ ਆਪਣੇ ਵਾਲੀ ਸੋਣਗਾ ਨਾ ਚੁੱਪ ਕੀਤੀ ਜੀ ਫਿਰਦੀ ਹੈਗੀ, ਪਤਾ ਨੀ ਕੀ ਗੱਲ ਹੈਗੀ। ਦੇਖ ਲਾ ਕੱਲ ਦੁਪਹਿਰ ਤੋਂ ਬਾਅਦ ਆਪਣੇ ਘਰੇ ਨੀ ਆਈ। ਹਾਂ ਇੱਧਰ ਨਹੀਂ, ਇੱਧਰ ਆਪਦੇ ਕਮਰੇ ਚ ਬੈਠੀ ਫਿਰਦੀ। ਚੱਲ ਹੁਣ ਤਾਂ ਮੰਨਦੇ ਆ ਵੀ ਉਹ ਘਰੇ ਫਿਰਦਾ ਹਜੇ, ਕਾਲਕ ਦੱਸਣ ਕੀ ਪਤਾ ਭਾਈ ਉਹਨੇ ਹਟਾ ਲਈ ਹੋਵੇ, ਐਂ ਕਹਿਤਾ ਹੋਵੇ ਜਾਈ ਨਾ ਉੱਧਰ, ਉਹੀ ਕਾਲਕ ਦਾਸੀ ਨੇ ਕਹਿਤਾ ਹੋਵੇ। ਉਹਨੇ ਤਾਂ ਕਹਿਤਾ ਹੋਵੇ, ਉਹਨੂੰ ਵੀ ਪਤਾ, ਉਹ ਤਾਂ ਰੋਜ਼ ਹੀ ਕਹਿੰਦੇ ਵੀ ਜਾਈ ਨਾ। ਪਤਾ ਹੀ ਨੀ ਹੁੰਦਾ ਪੁੱਤ, ਜਦੋਂ ਤੀਵੀਂ ਅੱਡ ਹੋ ਜੇ ਨਾ ਉਦੋਂ ਉਹ ਹੋਰ ਕੁਛ ਬਣ ਜਾਂਦੇ ਹੁੰਦੇ, ਇਕੱਠ ਚ ਉਹ ਹੋਰ ਕੁਛ ਸੀਗੀ, ਉਦੋਂ ਤਾਂ ਫਿਰ ਉਹਨੂੰ ਉਹੀ ਗੱਲ ਬੰਦੇ ਦੀ ਮੰਨਣੀ ਪਊਗੀ। ਹੋ ਸਕਦਾ ਉਹਨੇ ਕਹਿਤਾ ਹੋਵੇ ਵੀ ਉੱਧਰ ਜਾਈ ਨਾ। ਚੱਲ ਉਹ ਤਾਂ ਮੰਨਦੇ ਆ, ਚੱਲ ਆਪਾਂ ਕਲੇਸ਼ ਤਾਂ ਚੱਲ ਕਾਹਨੂੰ ਪਵੇ ਕਿਸੇ ਦੇ ਘਰੇ, ਹੋਰ ਚੱਲ ਪੁੱਤ ਟਲਦਾ ਜਿੰਨਾ ਚਿਰ ਠੀਕ ਆ ਉਹ ਗੱਲ ਕਰਦੀਆਂ, ਪਤਾ ਨੀ ਕਿਉਂ ਉਹ ਨਾ ਦੂਰ ਦੂਰ ਜੀ ਤੁਰੀ ਫਿਰਦੇ। ਨਹੀਂ ਤਾਂ ਦੇਖੋ ਮੇਰੀ ਗੱਲ ਸੁਣੋ, ਪਰਸੋਂ ਰੋਟੀ ਖਾਧੀ ਨੀ ਸੁਧਰ, ਰਾਤ ਆਪੀ ਰੋਟੀ ਰੂਟੀ ਪਕਾ ਲਈ ਉੱਧਰ। ਹਾਂ ਚੱਲ ਕੋਈ ਨਾ, ਫਿਰ ਜਿਵੇਂ ਉਹਨਾਂ ਦੀ ਨਿਭਦੀ ਆ ਮੈਨੂੰ ਵਿਆਹ ਲੈਣ ਦਿਓ, ਜੇ ਕਿਸੇ ਲੋਟ ਟੇਕਦੇ ਨੇ ਪੁੱਤ ਟਕਿਆ ਟੇਕ ਜਾਣ ਦੇ। ਸਹੀ ਗੱਲ, ਰਾਤ ਆਉਂ ਪਤਾ ਨਹੀਂ ਕਿਵੇਂ ਚੁੱਪ ਚਪੀਤਾ ਜੀ ਆ ਕੇ ਪੈ ਗਿਆ, ਬੋਲਿਆ ਨੀ ਹੈਗਾ। ਚੱਲ ਸ਼ੁਕਰ ਹੈ, ਚੱਲ ਉਹ ਚੁੱਪ ਰਹੇ, ਆਪਾਂ ਨੂੰ ਤਾਂ ਕੋਈ ਨੀ, ਆਪਾਂ ਤਾਂ ਸੋਨੀਆ ਨੂੰ ਵੀ ਨਾ ਬੁਲਾਵਾਂਗੇ। ਸਹੀ ਗੱਲ, ਚੱਲ ਚੰਗਾ ਮਾਂ ਮੈਂ ਕਰਦੀ ਹਾਂ ਕੰਮ ਜੀ। ਨਮੇੜ ਲੈ ਪੁੱਤ, ਲੈ ਭਾਂਡਾ ਚੱਥ ਮੈਂ ਫੇਰ ਦਿੰਨੀ ਆਂਗੀ, ਹੋਰ ਉਤਲਾ ਜਾ ਤੂੰ ਨਮੇੜ ਲੈ ਕੋਈ ਹੈਗਾ ਜਿਹੜਾ। ਹਾਂਜੀ ਸਤਿ ਸ੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈਲ ਦੀ ਨਿਸ਼ਾਨੀ ਜਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ੍ਰੀ ਅਕਾਲ।